ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ 'ਤੇ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ ਅਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਮੈਂ ਤੁਹਾਨੂੰ ਇਸ ਹਾਸੇ ਦੇ ਪਿਛਲਾ ਰਾਜ਼ ਦੱਸ ਦਿੰਦੀ ਹਾਂ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਟੈਣਾ ਸਾਹਿਬ ਸਾਡੇ ਕੈਮਰਾਮੈਨ ਸਾਥੀ ਹੋਰਾਂ ਦੇ ਨਾਲ ਚੰਗਾ ਮਤਲਬ ਉਹ ਕਰਕੇ ਸਾਡੇ ਨੇ ਕਿਵੇਂ ਜਵਾਬ ਦਿੱਤਾ ਸੀ? ਕੀ ਪੁੱਛਿਆ? ਕੀ ਸੀ ਉਹਨਾਂ ਨੇ? ਉਹਨੇ ਕਿਹਾ ਸਰ ਇੱਕ ਬੜੀ ਵਧੀਆ ਖਬਰ ਆਈ ਹੈ। ਕਿਹੜੀ ਹੈ? ਇਹ ਬੱਚਿਆਂ ਨੂੰ ਧਮਕੀਆਂ ਮਿਲ ਰਹੀਆਂ ਨੇ। ਇਹ ਚੱਜ ਦੇ ਵਿਚਾਰ ਵਾਲੀ ਹੈ? ਧਮਕੀਆਂ ਮਿਲ ਰਹੀਆਂ, ਬੜੇ ਦੁੱਖ ਦੀ ਗੱਲ ਹੈ। ਇਹਦੀ ਜਾਂਚ ਪੜਤਾਲ ਪੁਲਿਸ ਕਰੂਗੀ ਜਾਂ ਸੰਬੰਧਿਤ ਵਿਭਾਗ ਦੇ ਵੱਲੋਂ ਕੀਤੀ ਜਾਊਗੀ। ਵਿੱਚੋਂ ਜਿਹੜੀ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਉਹਦੀ ਖਬਰ ਬਣਦੀ ਹੈ। ਉਹਨਾਂ ਨੂੰ ਕਿਸੇ ਨੇ ਮੋਬਾਈਲ ਤੇ ਐਂ ਕਰਤੀ ਤੇ ਮੈਂ ਇੱਥੇ ਸਾਂਝੀ ਕਰ ਲਾਂ ਉਹ ਗੱਲ ਬਣੀ। ਬਿਲਕੁਲ ਸਹੀ ਕਹਿ ਰਹੇ ਹੋ। ਖਬਰ ਦੀ ਤਹਿ ਤੱਕ ਜਾਓ, ਫਿਰ ਉਹਨੂੰ ਸਾਂਝੀ ਕਰੋ, ਨਹੀਂ ਤਾਂ ਅੱਧਾ ਅਧੂਰਾ ਗਿਆਨ ਸਭ ਤੋਂ ਵੱਡਾ ਸਰਾਪ ਹੁੰਦਾ। ਇਹੀ ਅੱਜ ਦਾ ਚਾਹੀਦਾ ਵਿਚਾਰ ਹੈ। ਗੰਨੇ ਦੇ ਜਿੱਥੇ ਗੰਢ ਹੁੰਦੀ ਹੈ ਉੱਥੇ ਰਸ ਨਹੀਂ ਹੁੰਦਾ, ਜਿੱਥੇ ਰਸ ਹੁੰਦਾ ਉੱਥੇ ਗੰਢ ਨਹੀਂ ਹੁੰਦੀ। ਇਹੀ ਕੁਝ ਜ਼ਿੰਦਗੀ ਦੇ ਵਿੱਚ ਹੈ। ਜਦੋਂ ਤੁਹਾਡੇ ਮਨਾਂ ਦੇ ਵਿੱਚ ਗੰਢ ਪੈ ਜਾਂਦੀ ਹੈ ਉੱਥੇ ਪਿਆਰ ਨਹੀਂ ਹੁੰਦਾ, ਜਿੱਥੇ ਪਿਆਰ ਉੱਥੇ ਗੰਢ ਨਹੀਂ ਪੈਂਦੀ। ਵਾਹ ਕੀ ਬਾਤ ਹੈ, ਸੱਚੀ ਗੱਲ ਹੈ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਕਈ ਵਾਰ ਇਹ ਗੰਢਾਂ ਇੰਨੀਆਂ ਜ਼ਿਆਦਾ ਮਜ਼ਬੂਤ ਹੋ ਜਾਂਦੀਆਂ ਨੇ, ਇਹ ਗੰਢਾਂ ਐਸੀ ਥਾਂ ਤੇ ਪੈ ਜਾਂਦੀਆਂ ਨੇ ਪਿਚਕ ਜਾਂਦੀਆਂ ਨੇ, ਹਨਾ, ਫਿਰ ਬੰਦਾ ਸਿਰਫ ਪਛਤਾਉਂਦਾ ਹੀ ਹੈ, ਹੋਰ ਕੁਛ ਨਹੀਂ ਹੱਥ ਰਹਿ ਜਾਂਦਾ। ਤੇ ਤੁਹਾਡੇ ਵਾਲੇ ਚਾਹੀਦੇ ਦੇ ਵਿਚਾਰ ਦੀ ਆਪਾਂ ਸਾਂਝ ਪਾ ਲਈਏ। ਹੁਣ ਪਹਿਲਾਂ ਮੌਸਮ ਦੀ ਹਾਲ ਬਿਆਨੀ। ਦੇਖੋ ਵੀ, ਮੌਸਮ ਪੰਜਾਬ ਦਾ ਬੜਾ ਖਰਾਬ ਹੋ ਗਿਆ ਜੀ। ਜਦੋਂ ਮੈਂ ਰਾਤ ਦੇ ਵੇਲੇ ਘਰੇ ਗਿਆ ਤਾਂ ਨੇਰੀ ਚੱਖੜ ਚੁੱਲਾ ਇੰਨਾ ਕੁ ਸੀ ਤੇ ਬੁਰੇ ਹਾਲ ਸੀ ਜੀ। ਥਾਂ ਥਾਂ ਤੇ ਮੈਂ ਦਰਖਤ ਡਿੱਗੇ ਪਏ ਦੇਖੇ ਆ, ਹਰ ਚੀਜ਼ ਉੱਡ ਰਹੀ ਸੀ, ਲਿਫਾਫੇ ਹੋਰ ਗੰਦ ਮੰਦ ਜਿਹੜਾ ਰੂੜੀਆਂ ਤੇ ਪਿਆ ਹੁੰਦਾ, ਸ਼ਹਿਰਾਂ ਦੇ ਵਿੱਚ ਵੀ ਪਿਆ ਹੁੰਦਾ, ਥਾਂ ਥਾਂ ਦੇ ਢੇਰ ਲੱਗੇ, ਉਹ ਉੱਡ ਰਿਹਾ ਸੀ। ਮੇਰਾ ਜਾਂਦੇ ਦਾ ਮੁਫਤ ਦੇ ਵਿੱਚ ਮੇਕਅਪ ਹੋ ਗਿਆ, ਠੀਕ ਆ। ਫਿਰ ਮੈਂ ਜਾ ਕੇ ਘਰੇ ਨਾਤਾ ਨੂਤਾ ਤੇ ਫਿਰ ਨੀਂਦ ਆਈ ਜੀ। ਤੇ ਦੂਜੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਕਿਹਾ ਕਿ 16 ਤੇ 17 ਯਾਨੀ ਕਿ 2 ਦਿਨ ਲਗਾਤਾਰ ਪੰਜਾਬ ਦੇ ਵਿੱਚ ਬੱਦਲਵਾਈ ਰਹਿਣੀ ਹੈ, ਮੀਂਹ ਪੈਂਦਾ ਰਹਿਣਾ ਰੁਕ ਰੁਕ ਕੇ, ਕਈ ਥਾਵਾਂ ਤੇ ਗੜਿਆਂ ਦੀ ਸੰਭਾਵਨਾ। ਪਰ ਜਿਸ ਤਰੀਕੇ ਦੇ ਨਾਲ ਲੰਘੀ ਰਾਤ ਬੜੀ ਤੇਜ਼ ਹਨੇਰੀ ਵਗੀ ਆ, ਉਹਦੇ ਨਾਲ ਕਿਸਾਨਾਂ ਦਾ ਨਾ ਜਿਹੜਾ ਮਨੋਬਲ ਆ ਉਹਦੇ ਉੱਤੇ ਸੱਟ ਵੱਜੀ ਹੈ। ਕਿਸਾਨ ਫਿਰ ਪਰੇਸ਼ਾਨੀ ਦੇ ਆਲਮ ਦੇ ਵਿੱਚ ਹੈ ਵੀ ਫਸਲਾਂ ਪੱਕੀਆਂ ਪਈਆਂ ਉਹ ਜਿਵੇਂ ਹੈਗੀਆਂ ਨਾ ਕੁਝ ਕੁ ਸਤਰਾਂ, ਕਿ ਕਿੱਥੇ ਰੱਖ ਲਵਾਂ ਲੁਕੋ ਕੇ ਤੈਨੂੰ ਕਣਕ ਨੀ, ਰੁੱਤ ਬੇਈਮਾਨ ਹੋ ਗਈ। ਸੱਚੀ ਰੁੱਤ ਬੇਈਮਾਨ ਹੋਈ ਪਈ ਹੈ ਤੇ ਕਣਕ ਨੂੰ ਕਿਸਾਨ ਕਿੱਥੇ ਲੁਕੋ ਕੇ ਰੱਖੇ, ਉਹਨੂੰ ਉਹ ਜਗ੍ਹਾ ਨਹੀਂ ਲੱਭਦੀ। ਵਾਕਈ ਬਹੁਤ ਜ਼ਿਆਦਾ ਧੂੜ ਮਿੱਟੀ ਸੀ, ਕੁਛ ਨਜ਼ਰ ਹੀ ਨਹੀਂ ਆ ਰਿਹਾ ਸੀ ਜਿੰਨੀ ਤੇਜ਼ ਉਹ ਤੂਫਾਨ ਜਿਹੜਾ ਝੁੱਲਿਆ। ਔਰ ਜਦੋਂ ਦਿਨ ਵੇਲੇ ਅਸੀਂ ਸਵੇਰੇ ਜਦੋਂ ਦਫ਼ਤਰ ਨੂੰ ਆ ਰਹੀ ਸੀ ਮੈਂ, ਤਾਂ ਰਸਤੇ ਦੇ ਵਿੱਚ ਬਹੁਤ ਸਾਰੇ ਸਫੈਦੇ ਦੇ ਰੁੱਖ, ਹੋਰ ਰੁੱਖ ਜਿਹੜੇ ਉਹ ਡਿੱਗੇ ਹੋਏ ਸੀ, ਹੈ ਨਾ। ਸੋ ਆਸ ਕਰਦੇ ਹਾਂ ਕਿ ਇਸ ਤੋਂ ਵੱਧ ਮੌਸਮ ਹੁਣ ਖਰਾਬ ਨਾ ਹੋਵੇ, ਕਿਉਂਕਿ ਬਹੁਤ ਬੁਰੇ ਹਾਲਾਤ ਨੇ, ਡਰ ਬਹੁਤ ਜ਼ਿਆਦਾ ਲੱਗ ਰਿਹਾ। ਹਾਂਜੀ, ਮੇਰਾ ਤਾਂ ਚੱਜ ਦਾ ਵਿਚਾਰ ਹੋ ਗਿਆ, ਪਰ ਤੁਸੀਂ ਅੱਜ ਸਾਂਝਾ ਹੀ ਨਹੀਂ ਕੀਤਾ ਜੀ। ਮੈਂ ਕਿਹਾ ਆਪਾਂ ਹੁਣ ਸਾਂਝ ਪਾ ਲੈਂਦੇ ਹਾਂ। ਪਾਓ ਜਿਹੜਾ ਚਾਹੀਦਾ ਵਿਚਾਰ ਮੈਂ ਲੈ ਕੇ ਆਈ ਹਾਂ। ਕਹਿੰਦੇ ਜਦੋਂ ਜ਼ਿੰਦਗੀ ਕਿਤੇ ਸਵਾਲ ਬਣ ਜਾਵੇ ਜੀ, ਜਦੋਂ ਜ਼ਿੰਦਗੀ ਸਵਾਲ ਬਣ ਜਾਵੇ ਤਾਂ ਖੁਦ ਨੂੰ ਹੀ ਜਵਾਬ ਬਣਨਾ ਪੈਂਦਾ ਹੈ। ਅੱਛਾ, ਕਿਉਂਕਿ ਜਿੱਤਦਾ ਉਹੀ ਹੈ ਜਿਹੜਾ ਕਿਸਮਤ ਨੂੰ ਵੀ ਹਰਾ ਦਿੰਦਾ ਹੈ। ਇੱਕ ਹੋਰ ਗੱਲ ਦੱਸਦਾ ਜੀ, ਜਿੱਤਣ ਦਾ ਸਵਾਦ ਹੀ ਉਦੋਂ ਆਉਂਦਾ ਜਦੋਂ ਸਾਰਾ ਜ਼ਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੋਵੇ। ਬੰਦਾ ਕਵੇ ਵੀ ਇਹ ਨਹੀਂ ਜਿੱਤਦਾ, ਇਹ ਤਾਂ ਗਿਆ, ਇਹ ਤਾਂ ਗਿਆ, ਬਸ ਖਤਮ। ਅਚਾਨਕ ਹੀ ਬੰਦਾ ਜਿੱਤਿਆ ਹੋਵੇ ਜੀ ਤੇ ਸਭ ਦੀਆਂ ਅੱਖਾਂ ਐ ਰਹਿ ਜਾਂਦੀਆਂ ਅੱਡੀਆਂ ਜੀ, ਤੇ ਤੁਹਾਡੀ ਜਿੱਤ ਦੀ ਝੰਡੀ ਹੈ ਨਾ ਜਿਹੜੀ ਉਹ ਬਰਕਰਾਰ ਰਹਿੰਦੀ ਹੈ। ਜਦੋਂ ਕਿਤੇ ਨਾ ਇੱਕਦਮ ਪਲਟੀ ਵੱਜਦੀ ਹੈ ਹਾਲਾਤਾਂ ਨੂੰ, ਜਦੋਂ ਕਿਤੇ ਬੰਦੇ ਨੂੰ ਆਪ ਨੂੰ ਵੀ ਇਹ ਲੱਗਣ ਲੱਗਦਾ ਵੀ ਮੈਂ ਢਹਿਣ ਦੀ ਕਲਾ ਵੱਲ ਨੂੰ ਜਾ ਰਿਹਾ ਵੀ ਹੁਣ ਬਸ ਖਤਮ ਹੈ, ਕੁਛ ਨਜ਼ਰ ਨਹੀਂ ਆ ਰਿਹਾ, ਤੇ ਇੱਕਦਮ ਹੀ ਪਲਟੀ ਵੱਜ ਜਾਵੇ ਤੇ ਤੁਸੀਂ ਨਾਲ ਹੀ ਅਗਲੇ ਦਿਨ ਇੱਥੇ ਖੜੇ ਹੋਵੋ ਨਾ, ਤੇ ਫਿਰ ਉਸ ਚੀਜ਼ ਦਾ ਸਵਾਦ ਹੀ ਕੁਛ ਹੋਰ। ਬਿਲਕੁਲ ਸਹੀ ਗੱਲ ਹੈ, ਤੁਹਾਡਾ ਚੱਜ ਦਾ ਵਿਚਾਰ ਬਹੁਤ ਸੋਹਣਾ ਸੀਗਾ। ਸ਼ੁਕਰੀਆ। ਪਰ ਨਾ ਮੈਂ ਨਾ ਕਦੇ ਕਦੇ ਇਹ ਮਹਿਸੂਸ ਕਰਦਾ ਕਿ ਹਰ ਇਨਸਾਨ ਤੇ ਹਰ ਜੀਵ ਜੰਤੂ ਇਸ ਧਰਤੀ ਦੇ ਉੱਤੇ ਪਰੇਸ਼ਾਨ। ਉਹ ਕਿਉਂ? ਦੇਖੋ, ਮੱਝਾਂ ਦੀਆਂ ਆਪਣੀਆਂ ਪਰੇਸ਼ਾਨੀਆਂ, ਗਾਵਾਂ ਦੀਆਂ ਆਪਣੀਆਂ, ਕੁੱਤਿਆਂ ਦੀਆਂ ਆਪਣੀਆਂ, ਬਿੱਲਿਆਂ ਦੀਆਂ ਆਪਣੀਆਂ, ਬਾਂਦਰਾਂ ਦੀਆਂ ਆਪਣੀਆਂ, ਠੀਕ ਹੈ ਨਾ। ਪਿਛਲੇ ਦਿਨੀ ਮਥੁਰਾ ਦੇ ਵਿੱਚ ਹੇਮਾ ਮਾਲਿਨੀ ਹੋਰੀ ਗਏ, ਉਹ ਇੱਕ ਮੰਦਿਰ ਦੇ ਵਿੱਚ ਗਏ ਸੀਗੇ ਸਾਧੂਆਂ ਤੋਂ ਵੋਟਾਂ ਮੰਗਣ ਦੇ ਲਈ। ਉਹ ਜਾ ਕੇ ਕਹਿੰਦੇ ਵੀ ਵੋਟਾਂ ਮੈਨੂੰ ਪਾਇਓ, ਅੱਗੋਂ ਕਹਿੰਦੇ ਵੀ ਪਾ ਤਾਂ ਦੇਗੇ ਵੋਟਾਂ ਤੁਹਾਨੂੰ, ਪਰ ਅਸੀਂ ਬਾਂਦਰਾਂ ਤੋਂ ਬੜੇ ਪਰੇਸ਼ਾਨ। ਬੀਬੀ ਜੀ, ਕਦੇ ਬਾਂਦਰਾਂ ਦਾ ਹੱਲ ਵੀ ਕੱਢੋ, ਵੋਟਾਂ ਤਾਂ ਪਿਛਲੀ ਵਾਰ ਵੀ ਤੁਹਾਨੂੰ ਪਾਈਆਂ ਸੀ। ਉਹ ਅੱਗੋਂ ਨਾ ਫਿਰ ਤਰਕ ਪੇਸ਼ ਕੀਤਾ ਹੇਮਾ ਮਾਲਿਨੀ ਨੇ, ਉਹ ਕਹਿੰਦੀ ਦੇਖੋ ਵੀ ਇਹਨਾਂ ਦੀ ਜਿਹੜੀ ਕੁਦਰਤੀ ਖੁਰਾਕ ਆ ਨਾ ਉਹ ਹੈਗੇ ਕੇਲੇ ਤੇ ਹੋਰ ਫਲ, ਪਰ ਹੁਣ ਜਦੋਂ ਤੋਂ ਇੱਥੇ ਸੈਲਾਨੀ ਆਉਂਦੇ ਆ, ਆਮ ਲੋਕ ਆਉਂਦੇ ਆ ਦੂਰ ਦੁਰਾਡਿਓਂ, ਉਹ ਇਹਨਾਂ ਨੂੰ ਫਰੂਟੀਆਂ ਤੇ ਸਮੋਸੇ ਤੇ ਕਚੋਰੀਆਂ ਦੇਣ ਲੱਗ ਪਏ ਆ, ਜਿਹਦੇ ਕਰਕੇ ਬਾਂਦਰਾਂ ਦੀਆਂ ਵਿਗੜ ਗਈਆਂ ਆਦਤਾਂ। ਜਦੋਂ ਇਹਨਾਂ ਨੂੰ ਆਦਤ ਮੁਤਾਬਕ ਚੀਜ਼ ਨਹੀਂ ਮਿਲਦੀ ਫਿਰ ਇਹ ਹਿੰਸਕ ਹੋ ਜਾਂਦੇ ਆ। ਇਸ ਕਰਕੇ ਭਾਈ, ਜਾਂ ਤਾਂ ਫਰੂਟੀਆਂ ਦਿਓ ਤੇ ਜਾਂ ਫਿਰ ਸਬਰ ਕਰੋ। ਅੱਛਾ ਜੀ, ਹਾਂ, ਇਹ ਉਹਨਾਂ ਨੇ ਤਰਕ ਪੇਸ਼ ਕੀਤਾ, ਕਿਉਂਕਿ ਦੇਖੋ ਨਾ ਭਾਜਪਾ ਦੇ ਵਿੱਚ ਨਵੀਆਂ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ, ਸਾਰੇ ਵਿਗਿਆਨੀ ਭਰਤੀ ਕੀਤੇ ਹੋਏ ਨੇ ਵੈਸੇ, ਹੈਨਾ। ਇਸ ਕਰਕੇ ਬਾਂਦਰਾਂ ਦੀ ਆਪਣੀ ਪਰੇਸ਼ਾਨੀ, ਪਰ ਨਾ ਮੈਂ ਮੱਝ ਦੀ ਪਰੇਸ਼ਾਨੀ ਵੀ ਸਾਂਝੀ ਕਰਨੀ ਹੈ। ਓਕੇ, ਦੇਖੋ ਮੱਝ ਹੈ ਨਾ ਜਿਹੜੀ
ਉਹ ਵੀ ਤਾਂ ਗਾਂ ਵਾਂਗੂ ਇੱਕ ਪਸ਼ੂ ਆ, ਦੁੱਧ ਦਿੰਦੀ ਹੈ, ਦੁੱਧ ਦਿੰਦੀ ਹੈ, ਸਮਾਨਤਾ ਹੈ ਦੋਵਾਂ ਦੀ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਉਹ ਸਾਡਾ ਢਿੱਡ ਭਰਦੀ ਹੈ, ਅਸੀਂ ਉਹਦੇ ਦੁੱਧ ਦੇ ਨਾਲ ਦਹੀਂ ਬਣਾਉਂਦੇ ਹਾਂ, ਪਨੀਰ ਬਣਾਉਂਦੇ ਹਾਂ, ਬੜਾ ਕੁਝ ਹੋਰ ਬਣਦਾ, ਪਰ ਨਾ ਮੱਝ ਦਾ ਇੱਕ ਹੀਰਵਾ ਮੱਝ ਦੇ ਮਨ ਦੇ ਵਿੱਚ ਇੱਕ ਦਰਦ ਆ, ਉਹ ਮਨੁੱਖ ਨੂੰ ਕਹਿੰਦੀ ਆ ਬਈ ਦੇਖੋ ਤੁਸੀਂ ਮੇਰਾ ਦੁੱਧ ਪੀਂਦੇ ਹੋ, ਬੋਰਨਵੀਟਾ ਪਾ ਕੇ ਜਾਂ ਉਦਾਂ ਹੀ ਪੀ ਲੈਂਦੇ ਹੋ, ਪਰ ਜਦੋਂ ਵੀ ਮੌਕਾ ਮਿਲਦਾ, ਜਦੋਂ ਵੀ ਤੁਸੀਂ ਪ੍ਰੀਖਿਆ ਦਿੰਦੇ ਆ, ਤਾਂ ਲੇਖ ਕਦੇ ਮੇਰਾ ਨਹੀਂ ਆਇਆ ਵੀ ਮੇਰੀ ਪਿਆਰੀ ਮੱਝ ਇਹਦੇ 'ਤੇ ਲੇਖ ਲਿਖੋ। ਤੁਸੀਂ ਲੇਖ ਲਿਖਦੇ ਹੋ ਗਾਂ ਦਾ, ਤੁਸੀਂ ਲੇਖ ਲਿਖਦੇ ਹੋ ਕੁੱਤੇ ਦਾ। ਫਿਰ ਜਦੋਂ ਕਦੇ ਪੇਪਰ ਦੇ ਵਿੱਚ ਪ੍ਰੀਖਿਆ ਦੇ ਵਿੱਚ ਸਹੀ ਉੱਤਰ ਨਹੀਂ ਦਿੱਤਾ ਜਾਂਦਾ, ਤਾਂ ਕਹਿੰਦੇ ਆ ਵੀ ਕਾਲਾ ਅੱਖਰ ਮੱਝ ਬਰਾਬਰ, ਤੇ ਜਿਹੜੇ ਬਾਕੀ ਦੇ ਜਾਨਵਰ ਆ, ਬਾਕੀ ਦੇ ਪਸ਼ੂ, ਉਹਨਾਂ ਨੇ ਪੀਐਚਡੀ ਕੀਤੀ ਹੈ, ਮੇਰਾ ਹੀ ਨਾਂ ਹਰ ਥਾਂ ਤੇ ਕਿਉਂ ਆਉਂਦਾ? ਗੱਲ ਤਾਂ ਸਹੀ, ਇਹਦੇ ਬਾਰੇ ਮੈਨੂੰ ਜਾਣਕਾਰੀ ਦਿਓ। ਫਿਰ ਜਦੋਂ ਕਦੇ ਕੋਈ ਸਮੱਸਿਆ ਆਉਂਦੀ ਆ, ਤਾਂ ਕਹਿੰਦੇ ਵੀ ਗਈ ਭੈਂਸ ਪਾਣੀ ਮੇ, ਤੇ ਬਾਕੀ ਜਿਹੜੇ ਜਾਨਵਰ ਆ ਉਹ ਮਰਿੰਡਾ ਦੇ ਵਿੱਚ ਕਿ ਪੈਪਸੀ 'ਚ ਜਾਂਦੇ ਆ। ਜਦੋਂ ਕਦੇ ਫਿਰ ਮੌਕਾ ਮਿਲਦਾ, ਕਹਿੰਦੇ ਵੀ ਮੱਝ ਦੇ ਮੂਹਰੇ ਬੀਨ ਵਜਾਏ ਦਾ ਕੀ ਫਾਇਦਾ, ਤੇ ਬਾਕੀ ਸਾਰੇ ਦੇ ਸਾਰੇ ਜਾਨਵਰ ਲਤਾ ਮੰਗੇਸ਼ਕਰ ਦੇ ਕੋਲੇ ਜਾ ਕੇ ਟ੍ਰੇਨਿੰਗ ਲੈਂਦੇ ਆ, ਅਭਿਆਸ ਕਰਦੇ ਆ, ਮੇਰਾ ਹੀ ਨਾ ਹਰ ਥਾਂ ਤੇ ਕਿਉਂ ਵਰਤਦੇ ਆ? ਜੇਕਰ ਗਾਂ ਤੁਹਾਡੀ ਮਾਂ, ਤਾਂ ਮੈਂ ਵੀ ਤੁਹਾਡੀ ਮਾਸੀ ਆ, ਇਸ ਕਰਕੇ ਮੇਰੀ ਕਦਰ ਕਰੋ, ਮੇਰਾ ਸਤਿਕਾਰ ਕਰੋ। ਚਾਹੀਦੀ ਵੀ ਹੈ। ਕੱਲ ਤੁਹਾਡੇ ਨਾਲ ਮੈਂ ਦੋ ਵਿਆਹਾਂ ਦੀ ਗੱਲ ਕੀਤੀ ਸੀ, ਅੱਜ ਵੀ ਫਿਰ ਦੋ ਵਿਆਹਾਂ ਦੀ ਗੱਲ ਕਰੋਗੇ? ਨਹੀਂ ਨਹੀਂ, ਉਹ ਦੋ ਵਿਆਹਾਂ ਦੀ ਗੱਲ ਨਹੀਂ ਸੀ, ਬੇਸਿਕਲੀ ਅਸਲ ਦੇ ਵਿੱਚ ਦੋ ਲਾੜੀਆਂ ਦੀ ਗੱਲ ਸੀ, ਵਿਆਹ ਤਾਂ ਇੱਕੋ ਸੀ। ਉਹ ਜਿਹਨੇ ਕਾਰਡ ਦੇ ਉੱਤੇ ਛਪਵਾਇਆ ਸੀਗਾ ਜੀ, ਬਈ ਇਹਦੇ ਨਾਲ ਵੀ ਤੇ ਇਹਦੇ ਨਾਲ ਵੀ ਇੱਕੋ ਦਿਨ ਇੱਕੋ ਥਾਂ ਦੇ ਉੱਤੇ ਇੱਕੇ ਮੁੰਡੇ ਨਾਲ ਵਿਆਹ। ਜੀ 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 ਜੀ, ਹੈ ਨਾ, ਉਹ ਵੀ ਦੱਖਣ ਗੁਜਰਾਤ ਦੀ ਗੱਲ ਸੀ, ਤੇ ਅੱਜ ਵੀ ਗੁਜਰਾਤ ਤੋਂ ਇੱਕ ਖਬਰ ਆਈ। ਇਹ ਗੁਜਰਾਤ ਦੇ ਵਿੱਚ ਇਹੋ ਜਿਹੇ ਅਲੋਕਾਰੇ ਜੇ ਮਸਲੇ ਕਾਹ ਤੋਂ ਨਿਕਲਦੇ ਆ, ਕਿਉਂਕਿ ਮੋਦੀ ਜੀ ਵੀ ਉੱਥੋਂ ਨੇ ਨਾ। ਹਾਂ, ਪਰ ਉਹ ਤਾਂ ਮਹੀਨੇ ਬਾਅਦ ਆਪ ਫਰੋਰ ਹੋ ਗਏ ਸੀ, ਤਾਂ ਵਿਆਹ ਨਾਲ ਹੀ ਜੁੜੀ ਗੱਲ ਸੀ ਉਹ ਵੀ। ਹਾਂ, ਸਮਝ ਰਹੇ ਹੋ ਨਾ? ਹਾਂ, ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਗੱਲ ਵੀ ਗੁਜਰਾਤ ਤੋਂ ਹੈ, ਪਰ ਮੈਂ ਬੰਦੇ ਦੀ ਚਲਾਕੀ ਦੇ ਉੱਪਰ ਨਾ ਹੈਰਾਨ ਆ ਸੱਚੀ। ਬੰਦੇ ਬਹੁਤ ਗਾਂ ਦੀ ਗਾਂ ਪਏ ਆ। ਸਹੀ ਗੱਲ, ਬੇਹੱਦ ਚਲਾਕ ਆ ਜੀ। ਸਹੀ ਗੱਲ ਹੈ ਨਾ, ਦੇਖੋ ਤੁਸੀਂ ਕੋਈ ਕਿਸੇ ਬੰਦੇ ਤੋਂ ਓਹਲਾ ਰੱਖਣਾ ਹੋਏ ਕਿਸੇ ਗੱਲ ਦਾ, ਤੇ 9 ਸਾਲ ਤੱਕ ਉਹ ਭੇਤ ਬਰਕਰਾਰ ਰਵੇ, ਇਹ ਹੋ ਸਕਦਾ? ਇੱਕ ਬੰਦੇ ਨੇ 2 ਵਿਆਹ ਕਰਾਏ ਹੋਏ। ਅੱਛਾ, ਅਸਲ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਬੰਦਾ, ਇਹਨੇ ਨਾ ਪਹਿਲਾਂ ਲਵ ਮੈਰਿਜ ਕਰਵਾਈ ਸੀ। ਅੱਛਾ ਜੀ। ਉਹ ਲਵ ਮੈਰਿਜ ਘਰਦਿਆਂ ਨੂੰ ਮਨਜ਼ੂਰ ਨਹੀਂ ਸੀ। ਅੱਛਾ, ਉਹ ਕਹਿੰਦੇ ਵੀ ਸਾਨੂੰ ਇਹ ਨੂੰ ਰਾਣੀ ਨਹੀਂ ਮਨਜ਼ੂਰ। ਜੀ, ਉਹ ਕਹਿੰਦੇ ਵੀ ਅਸੀਂ ਨਹੀਂ ਇਹਨੂੰ ਘਰੇ ਰੱਖਣਾ ਹੈਗਾ, ਤੇ ਅਸੀਂ ਤੇਰਾ ਹੋਰ ਥਾਂ ਵਿਆਹ ਕਰਨਾ ਜਿੱਥੇ ਸਾਡੀ ਮਰਜ਼ੀ ਆ। ਜੀ, ਹੁਣ ਉਹ ਬੰਦਾ ਉਹਨੂੰ ਤਲਾਕ ਨਹੀਂ ਸੀ ਦੇਣਾ ਚਾਹੁੰਦਾ, ਉਹਨੇ ਕਿਹਾ ਪਿਆਰ ਹੁੰਦਾ ਨਾ, ਪਿਆਰ ਸਤਕਾਰ ਸੀ, ਪਿਆਰ ਸਤਕਾਰ ਸੀ ਪੂਰਾ ਉਹਨੇ ਨਿਭਾਇਆ ਵੀ ਬਾਖੂਬੀ। ਉਹਨੇ ਕਿਹਾ ਵੀ ਚੱਲ ਇਹ ਤਾਂ ਘਰੋਂ ਬਾਹਰ ਹੀ ਰਹਿੰਦੀ ਹੈ, ਵੀ ਅਸੀਂ ਅਲੱਗ ਰਹਿੰਦੇ ਹਾਂ, ਦੋਵੇਂ ਜਿਹੜੇ ਐਂ ਕਰਦਾ ਵੀ ਇਹਨੂੰ ਉੱਥੇ ਰੱਖੀ ਰੱਖੂੰਗਾ ਜਿੱਥੇ ਘਰ ਦੇ ਵਿਆਹ ਕਰਾਉਣ ਨੂੰ, ਕਹਿੰਦੇ ਉੱਥੇ ਵੀ ਵਿਆਹ ਕਰਾ ਲੈਣਾ, ਘਰ ਦੇ ਵੀ ਖੁਸ਼, ਮੈਂ ਵੀ ਖੁਸ਼। ਉਹਨੇ ਕੀ ਕੀਤਾ, ਜਿੱਥੇ ਘਰਦਿਆਂ ਨੇ ਕਿਹਾ ਉੱਥੇ ਵੀ ਵਿਆਹ ਕਰਾ ਲਿਆ। ਅੱਛਾ, 9 ਸਾਲ ਤੱਕ ਇਹ ਭੇਤ ਬਰਕਰਾਰ ਰਿਹਾ, ਦਿਨੇ 1 ਜਣੀ ਕੋਲ ਰਹਿੰਦਾ ਸੀ, ਰਾਤ ਨੂੰ 1 ਜਣੀ ਕੋਲ। ਤੇ ਫਿਰ ਇਹ ਕਹਿੰਦਾ ਕੀ ਸੀ ਵੀ ਮੈਂ ਕਿੱਥੇ ਚੱਲਿਆ? ਨਹੀਂ, ਉਹ ਕੰਮ ਦਾ ਬਹਾਨਾ। ਅੱਛਾ, ਵੀ ਮੈਂ ਰਾਤ ਨੂੰ ਨੌਕਰੀ ਹੈ ਮੇਰੀ। ਹਾਂ, ਵੀ ਕਿਤੇ ਆਉਣ ਜਾਣ ਦਾ ਬਹਾਨਾ। ਤੇ ਉਧਰਲੀ ਨੂੰ ਕਹਿੰਦਾ ਹੋਣਾ ਮੇਰੀ ਦਿਨ ਦੀ ਨੌਕਰੀ ਹੈ। ਹਾਂ, ਦੇਖੋ ਇਦਾਂ ਹੀ 9 ਸਾਲ ਕੱਢਤੇ ਉਹਨੇ। ਦੇਖੋ ਇਹ ਤਾਂ ਬਈ ਬੜੀ ਵੱਡੀ ਕਲਾ, ਪ੍ਰਤਿਭਾ। ਹਾਂ ਹਾਂ, ਤੇ ਜਿਹੜੀ ਕਲਾ ਉਹਨੂੰ ਹੁਣ ਕਸੂਤਾ ਫਸਾ ਗਈ। ਦੇਖੋ ਗੱਲ ਇਹ ਹੈ ਵੀ ਮਹਿੰਗਾਈ ਦੇ ਇਸ ਜ਼ਮਾਨੇ ਦੇ ਵਿੱਚ ਇੱਕ ਥਾਂ ਦੇ ਉੱਤੇ ਵਿਆਹ ਨਿਭਾਉਣਾ ਬੜਾ ਔਖਾ ਜੀ। 2 ਥਾਵਾਂ ਤੇ ਗਾਂ, ਦੋਵਾਂ ਦੇ ਕੋਲੋਂ ਬੱਚੇ, ਕਿਉਂਕਿ ਜਿਹੜੀ ਪਹਿਲੀ ਵਹੁਟੀ ਆ ਉਹਦੇ ਕੋਲੋਂ 2.5 ਸਾਲ ਦਾ ਮੁੰਡਾ ਜੀ, ਤੇ ਜਿਹੜੀ ਦੂਜੀ ਆ ਉਹਦੇ ਕੋਲੋਂ ਹੁਣ 5 ਵਰਿਆਂ ਦਾ ਮੁੰਡਾ ਜੀ। ਇਸ ਕਰਕੇ ਦੋਵਾਂ ਦੇ ਖਰਚੇ ਜਿਹੜੇ ਬਰਾਬਰ ਚਲਾਉਣੇ, ਦੋਵਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਾ, ਦੇਖੋ ਕਿੰਨਾ ਵੱਡਾ ਮੁਸ਼ਕਲ ਵਾਲਾ ਕੰਮ ਆ, ਹੈ ਨਾ। ਇਸ ਬੰਦੇ ਨੂੰ ਤਾਂ ਸਨਮਾਨਿਤ ਕਰਨਾ ਚਾਹੀਦਾ, ਇਹਨੂੰ ਤਾਂ ਸਭ ਤੋਂ ਉੱਚੀ ਡਿਗਰੀ ਕੋਈ ਮੈਨੇਜਮੈਂਟ ਦੀ ਜਿਹੜੀ ਕੋਈ ਡਿਗਰੀ ਹੈ ਕਿ ਕੁਸ਼ਲ ਪ੍ਰਬੰਧਨ ਦੀ ਜਿਹੜੀ ਡਿਗਰੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ, ਸਨਮਾਨ ਹੋਣਾ ਚਾਹੀਦਾ। ਮੈਨੂੰ ਲੱਗਦਾ ਪੁਲਿਸ ਨੇ ਦੇ ਹੀ ਦੇਣੀ ਹੈ। ਵਾਕਈ ਉਹ ਤਾਂ ਹੁਣ ਮਿਲਣੀ ਹੈ, ਉਹਨੇ ਵੀ ਕਹਿਣਾ ਵੀ ਤੂੰ ਨਾ ਬੋਲੀ ਮੈਂ ਆਪੇ ਬੁਲਾ ਲੂੰ। ਮੈਂ ਤੁਹਾਨੂੰ ਦੱਸਦਾ ਵੀ ਇੱਕ ਹੋਰ ਗੱਲ, ਇਹ ਨਾ ਇੱਕ ਦਿਨ ਫੇਸਬੁੱਕ ਦੇ ਉੱਤੇ ਜਿਹੜੀ ਦੂਜੀ ਵਹੁਟੀ ਆ ਜੀ, ਉਹਨੇ ਆਪਦੇ ਘਰ ਵਾਲੇ ਦੀ ਪਹਿਲੀ ਵਹੁਟੀ ਨਾਲ ਫੋਟੋ ਦੇਖ ਲਈ। ਲੈ ਲਓ। ਤੇ ਉਹਨੇ ਦੇਖ ਕੇ ਪੁੱਛਿਆ ਵੀ ਭਾਈ ਇਹ ਕੌਣ ਆ ਤੇਰੇ ਨਾਲ ਜਿਹੜੀ ਖੜੀ ਆ? ਉਹ ਕਹਿੰਦਾ ਇਹ ਮੇਰੀ ਦੋਸਤ ਆ, ਦਫ਼ਤਰ ਦੇ ਵਿੱਚ ਕੰਮ ਕਰਦੀ ਆ। ਅਚਾਨਕ ਕਿਤੇ ਜਿਹੜੀ ਦੂਜੀ ਵਹੁਟੀ ਆ ਉਹ ਬਾਜ਼ਾਰ ਦੇ ਵੱਲ ਗਈ ਸੀਗੀ ਆਲੂ ਗੰਢੇ ਲੈਣ, ਉੱਥੇ ਉਹਨੇ ਸਾਹਮਣੇ ਆਉਂਦੀ ਉਹ ਔਰਤ ਦੇਖ ਲਈ ਫੋਟੋ ਵਾਲੀ। ਚਲੋ। ਤੇ ਉਹਦੇ ਮੂਹਰੇ ਕੀਤੀ ਆਪਣੇ ਘਰ ਵਾਲੇ ਦੀ ਫੋਟੋ, ਤਾਂ ਕਹਿੰਦੀ ਵੀ ਆਹ ਕੌਣ ਆ? ਕਹਿੰਦੀ ਮੇਰੇ ਘਰ ਵਾਲਾ। ਇੱਥੋਂ ਸਿਆਪਾ ਪੈ ਗਿਆ। ਹੋ, ਸਿਆਪਾ ਫੇਰ ਆ ਕੇ ਮੋਬਾਈਲ ਤੇ ਮੁਕਦਾ। ਇਹ ਤਾਂ ਐਟਮ ਬੰਬ ਹੀ ਹੈ, ਬੰਬ ਹੀ ਹੈ। ਮੈਂ ਤੁਹਾਨੂੰ ਪਹਿਲਾਂ ਕਹਿੰਦਾ ਹੁੰਦਾ ਵੀ ਸਿਆਪੇ ਕਈ ਮੁਕਾ ਵੀ ਇਹ ਦਿੰਦਾ ਤੇ ਸਿਆਪੇ ਕਈ ਪਾ ਵੀ ਇਹ ਦਿੰਦਾ। ਸੋ ਇਸ ਕਰਕੇ ਮੋਬਾਈਲ ਦੇ ਕਰਕੇ ਫੜਿਆ ਗਿਆ, ਤੇ ਹੁਣ ਪੁਲਿਸ ਦੇ ਕੋਲੇ ਮਾਮਲਾ ਚਲਾ ਗਿਆ। ਤੇ ਹੁਣ ਪੁਲਿਸ ਕੀ ਕਰੂਗੀ, ਕਿਉਂਕਿ ਜਿਹੜੀਆਂ ਦੋਨੋਂ ਜਾਣੀਆਂ, ਜਾਂ ਤਾਂ ਇਹ ਇਕੱਠੀਆਂ ਰਹਿਣਗੀਆਂ ਜਾਂ ਫਿਰ ਬੰਦੇ ਨੂੰ ਦੋਵੇਂ ਛੱਡ ਦੇਣਗੀਆਂ। ਨਹੀਂ, ਪਰ ਚਲੋ ਗੁਜਰਾਤ ਦੇ ਵਿੱਚ ਦੂਜਾ ਵਿਆਹ ਵੀ ਤਾਂ 22 ਅਪ੍ਰੈਲ ਨੂੰ ਹੀ ਹੋਣਾ ਹੈ, ਤੇ ਫਿਰ ਨੇੜੇ ਹੀ ਆ, ਸਲਾਹ ਸ਼ੁਰੂ ਕਰ ਲੈਣ ਵੀ ਭਾਈ ਤੂੰ ਕਿਵੇਂ ਕੁਸ਼ਲ ਪ੍ਰਬੰਧਨ ਕਰ ਰਿਹਾ, ਮੈਂ ਵੀ ਕੁਝ ਸਿੱਖਣਾ ਚਾਹੁੰਦਾ। ਬੰਦੇ ਕਈ ਬਹੁਤ ਕੱਬੇ ਸੁਭਾਅ ਦੇ ਹੁੰਦੇ, ਬੰਦੇ ਕਈ ਹਰਖ ਵਾਲੇ ਹੁੰਦੇ ਆ, ਉਹ ਜਿਵੇਂ
ਬੰਦੂਕ ਨਾਲ ਲੈ ਕੇ ਗਿਆ, ਮੋਢੇ ਦੇ ਵਿੱਚ ਟੰਗੀ ਆ। ਲਓ ਜੀ, ਇੰਨਾ ਕੱਬੇ ਸੁਭਾਅ ਦਾ ਮਾਲਕ ਵੀ ਜਦੋਂ 2 ਕਿਲੋਮੀਟਰ ਟਾਂਗਾ ਅੱਗੇ ਗਿਆ ਤੇ ਘੋੜਾ ਕਿਸੇ ਗੱਲੋਂ ਰੁਕ ਗਿਆ। ਲਓ ਜੀ, ਉਹ ਉਤਰਿਆ ਟਾਂਗੇ ਦੇ ਵਿੱਚੋਂ, ਬੰਦੂਕ ਕੱਢੀ ਤੇ ਘੋੜੇ ਦੇ ਮੱਥੇ ਦੇ ਉੱਤੇ ਲਾ ਕੇ ਕਹਿੰਦਾ ਇੱਕ ਤੇ ਘੋੜਾ ਤੁਰ ਪਿਆ। ਪਿੰਡ ਆਉਣ ਦੇ ਵਿੱਚ ਰਹਿ ਗਿਆ 1.5 ਕਿਲੋਮੀਟਰ ਤੇ ਘੋੜਾ ਫਿਰ ਕਿਸੇ ਕੋਲੋਂ ਰੁਕ ਗਿਆ। ਉਹ ਉਤਰਿਆ ਥੱਲੇ, ਘੋੜੇ ਵੱਲ ਕੀਤੀ ਬੰਦੂਕ, ਕਹਿੰਦਾ 3 ਠਾ ਤੇ ਘੋੜਾ ਮਾਰਦਾ। ਘਰ ਵਾਲੀ ਨੂੰ ਕਹਿੰਦਾ ਉੱਤਰ ਥੱਲੇ ਤੇ ਤੁਰ ਕੇ ਚੱਲਦੇ ਆ। ਉਹ ਕਹਿੰਦੀ ਜੀ ਆਪਾਂ ਰੁਕ ਜਾਂਦੇ ਤੁਸੀਂ ਥੋੜਾ ਜਿਹਾ, ਘੋੜੇ ਨੂੰ ਤੁਸੀਂ ਇੱਦਾਂ ਮਾਰਤਾ, ਹੁਣ ਤਾਂ ਘਰ ਨੇੜੇ ਆਇਆ ਪਿਆ ਸੀ ਕਰਕੇ ਉਹਦੇ ਵੱਲ ਬੰਦੂਕ, ਕਹਿੰਦਾ 1। ਘਰ ਵਾਲੀ ਕਹਿੰਦੀ ਚਲੋ 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 ਚਲੋ, ਜ਼ਿੰਦਗੀ ਦੇ ਵਿੱਚ ਅੱਜ ਤੱਕ ਰੁਕੀ ਨੀਗੀ। ਮੈਂ ਨਾ ਸੁਖਪਾਲ ਖਹਿਰਾ ਹੋਰਾਂ ਦੀ ਇੱਕ ਵੀਡੀਓ ਵੇਖੀ, ਵੀਡੀਓ ਵੇਖ ਕੇ ਨਾ ਮੈਨੂੰ ਇਹੋ ਲੱਗਿਆ ਕਿ ਨਾ ਇਹ ਮੇਰੇ ਵਰਗੇ ਨੇ, ਵੀ ਮਾੜਾ ਜਿਹਾ ਛੇੜਨ ਦੀ ਲੋੜ ਹੈ। ਤੁਹਾਡੇ ਵਰਗੇ ਕਿਵੇਂ, ਵੀ ਤੁਸੀਂ ਵੀ ਵੱਖ ਵੱਖ ਚੈਨਲਾਂ ਦੇ ਵਿੱਚ ਚਲੇ ਜਾਂਦੇ ਹੁੰਦੇ? ਨਹੀਂ ਨਹੀਂ, ਇਦਾਂ ਦਾ ਮੈਂ ਕੁਛ ਨਹੀਂ ਕਰਦੀ। ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ, ਆਮ ਆਦਮੀ ਪਾਰਟੀ ਦੇ ਵੱਲ, ਫਿਰ ਉਹਨਾਂ ਨੇ ਪੰਜਾਬ ਏਕਤਾ ਪਾਰਟੀ ਬਣਾ ਲਈ। ਤੁਹਾਡੇ ਵਰਗੇ ਦਾ ਮਤਲਬ ਇਹ ਵੀ ਤੁਸੀਂ ਵੀ ਤੀਜੇ ਚੈਨਲ 'ਚ ਆਏ? ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਵੀ ਮਾੜਾ ਜਿਹਾ ਛੇੜਨ ਦੀ ਲੋੜ ਹੁੰਦੀ, ਫਿਰ ਚੁੱਪ ਨਹੀਂ ਕਰਦੇ। ਇਹ ਤਾਂ ਗੱਲ ਸੱਚੀ ਆ। ਕਦੇ ਤਾਂ ਕਿਸੇ ਵੀ, ਪਹਿਲਾਂ ਨਾ ਬੜੀ ਟੌਰਚ ਹੁੰਦੇ ਸੀ, ਹੁਣ ਵੀ ਕਹਿ ਟੌਰਚ ਆ, ਨਵੇਂ ਕੁੜਤੇ ਪਜਾਮੇ ਪਾ ਕੇ, ਮੈਚਿੰਗ ਪੱਗਾਂ ਬੰਨ ਕੇ, ਹੈ ਨਾ, ਵਧੀਆ। ਕਦੀ ਕਿਸੇ ਰਾਹ 'ਚ ਖੜ ਕੇ ਐਨਕਾਂ ਲਾ ਕੇ ਤੇ ਕਾਗਜ਼ ਪੱਤਰ ਜਿਹੇ ਦਿਖਾ ਕੇ ਕਹਿੰਦੇ ਸੀ ਆਹ ਰਾਹ ਵੇਖੋ ਕਿੱਧਰ ਨੂੰ ਜਾਂਦਾ ਪਿਆ, ਹੈ ਨਾ। ਕਈ ਦਿਖਾਉਣ ਸੀ ਆਹ ਰੁੱਖ ਵੇਖੋ ਕਿਹੜੇ ਲਾਏ ਹੋਏ ਆ, ਕਦੀ ਕਹਿੰਦੇ ਸੀ ਆਹ ਵੇਖੋ ਆਹ ਇੱਕ ਨਵੀਂ ਪ੍ਰੋਪਰਟੀ ਬਣਾ ਲਈ, ਹੈ ਨਾ, ਬੜੇ ਖੁਲਾਸੇ ਕਰਦੇ ਸੀ। ਅੱਜ ਕੱਲ੍ਹ ਕਿਉਂਕਿ ਹੁਣ ਚੋਣਾਂ ਦਾ ਮਾਹੌਲ ਹੈ, ਪੂਰਾ ਭਖਿਆ ਹੋਇਆ, ਤੇ ਉਹਨਾਂ ਦੇ ਪਸੰਦੀਦਾ ਜਿਹੜੇ ਕੰਪੀਟੀਟਰ ਨੇ, ਜਿਹੜੇ ਵਿਰੋਧੀ ਨੇ, ਉਹ ਹੈ ਬੀਬੀ ਜਗੀਰ ਕੌਰ, ਕੋਈ ਸ਼ੱਕ ਨਹੀਂ। ਤੇ ਉਹਨਾਂ ਨੂੰ ਲੈ ਕੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ, ਵੇ ਮੈਂ ਕੀ ਕਵਾਂ। ਦੇਖੋ, ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੈਗੇ ਉਮੀਦਵਾਰ ਜੀ ਅਕਾਲੀ ਦਲ ਦੇ ਵੱਲੋਂ, ਖਡੂਰ ਸਾਹਿਬ ਤੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਖੜੇ ਕੀਤਾ ਹੈਗਾ ਬੀਬੀ ਪਰਮਜੀਤ ਕੌਰ ਖਾਲੜਾ ਨੂੰ। ਬਿਲਕੁਲ ਠੀਕ। ਪਰ ਬੀਬੀ ਜਗੀਰ ਕੌਰ ਖਡੂਰ ਸਾਹਿਬ ਦੇ ਵਿੱਚ ਰਹਿ ਕੇ ਵੀ ਗੱਲ ਸੁਖਪਾਲ ਖਹਿਰੇ ਨਹੀਂ ਕਰਦੇ, ਤੇ ਸੁਖਪਾਲ ਖਹਿਰਾ ਬਠਿੰਡੇ ਦੇ ਵਿੱਚ ਚੋਣ ਲੜਦੇ ਹੋਏ ਵੀ ਗੱਲ ਬੀਬੀ ਜਗੀਰ ਕੌਰ ਨਹੀਂ ਕਰਦੇ। ਦੋਵੇਂ ਨਾ ਇੱਕ ਦੂਜੇ ਦੇ ਪਸੰਦੀਦਾ ਵਿਰੋਧੀ ਨੇ। ਬਿਲਕੁਲ, ਵੈਸੇ ਖਹਿਰਾ ਸਾਹਿਬ ਦੇ 2 ਵਿਰੋਧੀ ਆ, ਦੂਜੇ ਰਾਣਾ ਗੁਰਜੀਤ ਸਿੰਘ ਵੀ ਆ। ਜੀ ਜੀ ਜੀ। ਸੋ ਇਸੇ ਕਰਕੇ ਬੀਬੀ ਜਗੀਰ ਕੌਰ ਆ ਜਿਹੜੇ ਮੌਕਾ ਕਦੇ ਨਹੀਂ ਛੱਡਦੇ, ਤੇ ਉਧਰੋਂ ਖਹਿਰੇ ਹੋਰੇ ਵੀ ਕਦੇ ਨਹੀਂ ਛੱਡਦੇ। ਬੀਬੀ ਜਗੀਰ ਕੌਰ ਨੇ ਇੱਕ ਰੈਲੀ ਦੇ ਵਿੱਚ ਸੰਬੋਧਨ ਕਰਦਿਆਂ ਕਹਿਤਾ ਵੀ ਖਹਿਰਾ ਉਤਲੇ ਪਾਸਿਓ ਤਾਂ ਗੁਰਦੁਆਰਾ ਲੱਗਦਾ ਤੇ ਹੇਠਲੇ ਪਾਸਿਓ ਮੰਦਰ ਲੱਗਦਾ, ਤੇ ਇਸ ਗੱਲ ਦੇ ਉੱਤੇ ਖਹਿਰੇ ਹੋਰੀ ਭੜਕ ਪਏ। ਉਹਨਾਂ ਨੇ ਨਾ ਇੱਕ ਵੀਡੀਓ ਤਿਆਰ ਕਰਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ। ਲੈ ਵੀ ਪੋਤੜੀ ਫੋਲ ਤੇ ਜੋ ਨੱਪੀ ਤੁਰੀ ਆਉਂਦੇ ਕਿੱਲੀ, ਜੋ ਉਹਨਾਂ ਦੇ ਮੂੰਹ ਦੇ ਵਿੱਚ ਆਇਆ, ਜਿਹੜੀਆਂ ਗੱਲਾਂ ਲੋਕਾਂ ਦੇ ਜ਼ਹਿਨ ਦੇ ਵਿੱਚ ਸੀ ਉਹ ਗੱਲਾਂ ਉਹਨਾਂ ਦੀ ਜ਼ੁਬਾਨ ਦੇ ਉੱਤੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ। ਦੇਖੋ, ਮੈਂ ਸਹਿਮਤ ਨਹੀਂ ਗਾ ਬੀਬੀ ਜਗੀਰ ਕੌਰ ਦੇ ਨਾਲ ਵੀ ਤੁਸੀਂ ਧਰਮ ਦੀ ਗੱਲ ਕਿਹੜੇ ਚੱਕਰਾਂ ਦੇ ਵਿੱਚ ਪਾਏ ਹੋ, ਤੁਸੀਂ ਰਾਜਨੀਤਿਕ ਵਿਰੋਧੀ ਹੋ, ਤੁਸੀਂ ਤਰਕ ਦੀ ਗੱਲ ਕਰੋ, ਵੀ ਕੰਮਾਂ ਦੀ ਗੱਲ ਕਰੋ, ਤੁਸੀਂ ਐਵੇਂ ਨਿੱਜੀ ਵਾਰ ਕਰਦੇ ਰਹਿੰਦੇ ਹੋ। ਨਹੀਂ, ਦੇਖੋ ਇੱਕ ਮਿੰਟ, ਜੇ ਆਪਾਂ ਇੱਕ ਮਿੰਟ ਤੇ ਲਈਏ, ਸੋਚ ਵੀ ਲਈਏ ਕਿ ਜੋ ਬੀਬੀ ਜਗੀਰ ਕੌਰ ਨੇ ਕਿਹਾ ਵੀ ਉੱਪਰੋਂ ਸਿੱਖ ਨੇ ਥੱਲਿਓ ਉਹ ਹਿੰਦੂ ਨੇ ਜਾਂ ਥੱਲਿਓ ਮੰਦਰ ਆ ਉੱਪਰੋਂ ਗੁਰਦੁਆਰਾ, ਇਹ ਕੀ ਇਹਦੇ ਨਾਲ ਕੋਈ ਬੰਦਾ ਜਿਹੜਾ ਆ ਉਹ ਬੰਦਾ ਨਹੀਂ ਰਹਿ ਜਾਂਦਾ? ਤੁਸੀਂ ਜੇਕਰ ਕਿਸੇ ਵੀ ਧਰਮ ਨੂੰ ਮੰਨਦੇ ਹੋ, ਜੇਕਰ ਤੁਸੀਂ ਅਨੇਕਾਂ ਧਰਮਾਂ ਦਾ ਸਤਿਕਾਰ ਕਰਦੇ ਹੋ, ਤੇ ਤੁਹਾਡੇ ਇਨਸਾਨ ਹੋਣ ਦਾ ਸਬੂਤ ਆ, ਹੈ ਨਾ। ਦੂਸਰੀ ਚੀਜ਼, ਇਹਨਾਂ ਚੀਜ਼ਾਂ ਦਾ, ਇਹਨਾਂ ਗੱਲਾਂ ਦਾ ਤੁਹਾਡੀਆਂ ਚੋਣਾਂ ਦੇ ਨਾਲ, ਤੁਹਾਡੀ ਰੈਲੀ ਦੇ ਨਾਲ ਕੋਈ ਲੈਣ ਦੇਣ ਹੈ ਹੀ ਨਹੀਂ। ਬਿਲਕੁਲ ਸਹੀ। ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਮੰਨ ਸਕਦਾ, ਕਿਉਂਕਿ ਅਸੀਂ ਆਜ਼ਾਦ ਭਾਰਤ ਦੇ ਬਾਸ਼ਿੰਦੇ ਆ, ਤੇ ਇਹ ਤਾਂ ਗੱਲ ਕਰਨੀ ਬਣਦੀ ਹੋਈ ਨਹੀਂ ਹੈ। ਤੇ ਉਸ ਤੋਂ ਬਾਅਦ ਖਹਿਰੇ ਹੋਰਾਂ ਨੇ ਜੋ ਕੁਝ ਕਿਹਾ, ਉਹ ਕਹਿੰਦੇ ਵੀ ਮੈਂ ਤਾਂ ਹੈਗਾ ਹੀ ਪਤਿੱਤ ਆ, ਮੈਂ ਤਾਂ ਕਦੇ ਕਿਹਾ ਹੀ ਨਹੀਂ ਕਿ ਮੈਂ ਅੰਮ੍ਰਿਤ ਛਕਿਆ, ਪਰ ਬੀਬੀ ਜਗੀਰ ਕੌਰ ਇੱਥੋਂ ਕੰਨਾਂ ਦੇ ਉੱਤੋਂ ਦੀ ਚੁੰਨੀ ਕਿਉਂ ਲੈਂਦੀ ਹੈ, ਪਹਿਲਾਂ ਤਾਂ ਇਹ ਦੱਸੇ। ਫਿਰ ਉਸ ਤੋਂ ਬਾਅਦ ਜਦੋਂ ਵੀ ਇਹ ਖਡੂਰ ਸਾਹਿਬ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਆ, ਸਭ ਤੋਂ ਪਹਿਲਾਂ ਬਿਊਟੀ ਪਾਰਲਰ ਦੇ ਵਿੱਚ ਕਿਉਂ ਜਾਂਦੇ ਆ? ਮੇਰੇ ਤਾਂ ਮੁੱਛਾਂ ਹੈਗੀਆਂ, ਕਈਆਂ ਦੇ ਹੈ ਨਹੀਂ, ਇਹਦੇ ਪਿੱਛੇ ਰੌਲਾ ਕੀ ਆ? ਉਹਨਾਂ ਨੇ ਇਹੋ ਜਿਹੇ ਤਿੱਖੇ ਕੜਕ ਸਵਾਲ ਕੀਤੇ ਆ। ਕਹਿੰਦੇ ਜੇਕਰ ਕਿਸੇ ਨੂੰ ਕੋਈ ਵੀ ਦੁਚਿੱਤੀ ਹੋਏ, ਕੋਈ ਸਵਾਲ ਪੁੱਛਣਾ ਹੋਏ, ਤਾਂ ਪੁਰਾਣੀਆਂ ਤਸਵੀਰਾਂ ਸੋਸ਼ਲ ਅਕਾਊਂਟਸ ਦੇ ਉੱਤੇ ਜਾਂ ਫਿਰ ਗੂਗਲ ਦੇ ਉੱਤੇ ਦੇਖ ਸਕਦਾ ਹੈ, ਤੇ ਨਵੀਆਂ ਤਸਵੀਰਾਂ ਵੇਖ ਸਕਦਾ, ਤੇ ਤੁਲਨਾ ਆਪ ਕਰ ਸਕਦਾ। ਬਿਲਕੁਲ, ਤੇ ਉਹਨਾਂ ਨੇ ਬਹੁਤ ਵਾਰ ਇਹ ਗੱਲ ਕਹੀ ਆ ਵੀ ਉਹ ਕਿਵੇਂ ਕਿਵੇਂ ਚੁੰਨੀ ਕਿਵੇਂ ਕਿਵੇਂ ਲੈਂਦੇ ਆ ਤੇ ਕੀ ਕੁਛ ਹੁੰਦਾ। ਫਿਰ ਉਹਨਾਂ ਨੇ ਕਿਹਾ ਵੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਸਹੁੰ ਖਾ ਲੈਣ, ਵੀ ਇਹ ਰੋਮਾਂ ਦੀ ਬੇਅਦਬੀ ਨਹੀਂ ਕਰਦੇ। ਮੈਂ ਖਾਨਾ, ਮੈਂ ਤਾਂ ਕਰਦਾ, ਮੈਂ ਤਾਂ ਕਦੇ ਦਾਅਵਾ ਕੀਤਾ ਹੀ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਵਕਤ ਨਾ ਇਹੋ ਜਿਹੀਆਂ ਨਿੱਜੀ ਗੱਲਾਂ ਨਾ ਤਾਂ ਬੀਬੀ ਜਗੀਰ ਕੌਰ ਨੂੰ ਛੇੜਨੀਆਂ ਚਾਹੀਦੀਆਂ, ਨਾ ਇਹੋ ਜਿਹੇ ਉੱਤਰ ਖਹਿਰੇ ਨੂੰ ਦੇਣੇ ਚਾਹੀਦੇ ਆ। ਜੇਕਰ ਤੁਸੀਂ ਰਾਜਨੀਤਿਕ ਵਿਰੋਧੀ ਆ ਤਾਂ ਕੰਮਾਂ ਦੀ ਗੱਲ ਕਰੋ, ਇੱਕ ਦੂਜੇ ਦੇ ਵੱਲ ਚਿੱਕੜ ਸੁੱਟ ਕੇ ਤੁਸੀਂ ਲੋਕਾਂ ਦਾ 2-4 ਘੜੀਆਂ ਮਨੋਰੰਜਨ ਕਰ ਸਕਦੇ ਹੋ, ਪਰ ਲੋਕ ਸਾਰਾ ਕੁਝ ਹੀ ਜਾਣਦੇ ਆ ਵੀ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ,
ਤੁਸੀਂ ਇੱਕ ਦੂਜੇ ਦੇ ਬਾਬਤ ਹੀ ਬੋਲਣਾ ਹੁੰਦਾ। ਪਰ ਨਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਠਿੰਡੇ ਦੇ ਵਿੱਚ ਨਾ ਗੁੱਡੀਆਂ ਕਮਾਈਆਂ ਪਈਆਂ। ਅੱਛਾ, ਉਹ ਕਿਵੇਂ ਦੱਸਦਾ? ਕਿਉਂਕਿ ਉੱਥੇ ਨਾ ਤਿੰਨ ਵਿਧਾਇਕ ਉੱਧਰ ਆ ਤੇ ਹੁਣ ਤਿੰਨ ਉੱਧਰ ਆ। ਸੁਖਪਾਲ ਸਿੰਘ ਖਹਿਰਾ ਹੈਗੇ ਆ ਆਪ ਦੇ ਬਾਗੀ ਜੀ, ਆਮ ਆਦਮੀ ਪਾਰਟੀ ਨੇ ਬੀਬੀ ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾਤਾ। ਹੁਣ ਬੀਬੀ ਬਲਜਿੰਦਰ ਕੌਰ ਆਪ ਤਲਵੰਡੀ ਸਾਬੋ ਤੋਂ ਵਿਧਾਇਕ ਆ। ਉਹਨਾਂ ਦੇ ਹੱਕ ਦੇ ਵਿੱਚ ਦੋ ਵਿਧਾਇਕ ਆ, ਬੁੱਧ ਰਾਮ ਹੋਰੀ ਤੇ ਇੱਕ ਹੈਗੇ ਆ ਰੁਪਿੰਦਰ ਕੌਰ ਰੂਬੀ, ਜਿਹੜੇ ਉੱਥੇ ਪ੍ਰਚਾਰ ਕਰਦੇ ਉਸ ਖੇਤਰ ਦੇ ਲੋਕ ਸਭਾ ਹਲਕੇ ਦੇ, ਤੇ ਦੋ ਜਾਣੇ ਹੈਗੇ ਨਾਜਰ ਸਿੰਘ ਮਾਨਸ਼ਾਹੀਆ ਤੇ ਜਗਦੇਵ ਸਿੰਘ ਕਮਾਲੂ ਖਹਿਰੇ ਦੇ ਹੱਕ ਦੇ ਵਿੱਚ ਬਾਗੀ ਆ ਜਿਹੜੇ। ਸੋ ਇਸ ਕਰਕੇ ਤਿੰਨ ਉੱਧਰ ਆ ਤਿੰਨ ਉੱਧਰ ਆ ਤੇ ਚੋਣ ਬੜੀ ਦਿਲਚਸਪ ਹੋਈ ਜਾਂਦੀ ਆ। ਬਾਕੀ ਲੋਕ ਇਹ ਗੱਲ ਕਹਿੰਦੇ ਆ ਵੀ ਇਹਨਾਂ ਦਾ ਨਾ ਅਸਲ ਦੇ ਵਿੱਚ ਮਕਸਦ ਕਾਂਗਰਸੀਆਂ ਤੇ ਅਕਾਲੀਆਂ ਦੇ ਨਾਲ ਮੱਥਾ ਲਾਉਣਾ ਨਹੀਂ, ਇਹ ਆਪਸ ਦੇ ਵਿੱਚ ਲੜਨਾ ਚਾਹੁੰਦੇ ਆ। ਇਹ ਹੁਣ ਦੇਖਣਾ ਚਾਹੁੰਦੇ ਆ ਵੀ ਕੌਣ ਕਿੰਨੀ ਵੋਟ ਲੈ ਜਾਂਦਾ। ਬੀਬੀ ਬਲਜਿੰਦਰ ਕੌਰ ਦੇ ਬਾਰੇ ਤਾਂ ਹੁਣ ਗਾਣੇ ਬਣਾਏ ਜਾਂਦੇ ਲੋਕ, ਹਾਲਾਂਕਿ ਮੈਂ ਉਹਨਾਂ ਗਾਣੇ ਦੇ ਨਾਲ ਸਹਿਮਤ ਨਹੀਂ ਹੈਗਾ ਕਿ ਨਾ ਮੈਂ ਪੇਕਿਆਂ ਨੇ ਰੱਖੀ ਤੇ ਨਾ ਮੈਂ ਸਹੁਰਿਆਂ ਦੀ ਹੋਈ ਜੀ। ਇਹ ਤਾਂ ਨਾ ਬੇਫਜ਼ੂਲ ਦੀਆਂ ਗੱਲਾਂ ਨੇ, ਹੋਣੀਆਂ ਨਹੀਂ ਚਾਹੀਦੀਆਂ। ਨਿੱਜੀ ਤੌਰ ਦੇ ਉੱਪਰ ਕੋਈ ਵੀ ਇਨਸਾਨ ਕਿਹੋ ਜਿਹਾ ਇਹ ਮੈਨੂੰ ਲੱਗਦਾ ਮਾਇਨੇ ਨਹੀਂ ਰੱਖਦਾ। ਸਾਨੂੰ ਇਹ ਵੇਖਣਾ ਚਾਹੀਦਾ ਕਿ ਕਿਹੜਾ ਬੰਦਾ ਰਾਜਨੀਤਿਕ ਤੌਰ ਦੇ ਉੱਪਰ ਕਿਹੋ ਜਿਹਾ ਹੈ, ਲੋਕਾਂ ਦੇ ਲਈ ਉਹ ਕਿੰਨਾ ਕੁ ਆਪਣੇ ਆਪ ਨੂੰ ਸਮਰਪਿਤ ਹੈ। ਅਸੀਂ ਕਿਸੇ ਦੇ ਨਾਲ ਅਸਹਿਮਤ ਹੋ ਸਕਦੇ ਹਾਂ ਵੀ ਇਹਦੀ ਪਾਰਟੀ ਉਹ ਕਿਉਂ ਆ, ਇਹਦੇ ਵਿਚਾਰ ਇਦਾਂ ਦੇ ਕਿਉਂ ਆ, ਇਹ ਫਲਾਣੀ ਥਾਂ ਤੋਂ ਚੋਣ ਕਿਉਂ ਲੜ ਰਿਹਾ, ਆਪਾਂ ਵੋਟ ਨਾ ਪਾਈਏ, ਪਰ ਉਹਦੇ ਅਸੀਂ ਜ਼ਾਤੀ ਤੌਰ ਦੇ ਉੱਤੇ ਉਹਦੇ ਨਿੱਜੀ ਕਿਰਦਾਰ ਦੇ ਉੱਤੇ ਟਿੱਪਣੀਆਂ ਨਹੀਂ ਕਰ ਸਕਦੇ, ਇਹ ਮਾੜੀ ਗੱਲ ਆ ਜੀ। ਪ੍ਰਾਈਮੇਸ਼ਾ ਟੀਵੀ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿੱਚ, ਤੇ ਹੁਣ ਅਗਲੀਆਂ ਖਬਰਾਂ ਵੱਲ ਵਧਦੇ ਹਾਂ। ਬਿਲਕੁਲ ਜੀ, ਅਗਲੀ ਗੱਲ ਸੁਣਾਓ ਹੁਣ ਕੋਈ, ਤੁਸੀਂ ਸੁਣਾਓ ਬਈ ਪਹਿਲ ਤੁਹਾਨੂੰ। ਅਗਲੀਆਂ ਖਬਰਾਂ ਐਕਚੁਅਲੀ ਹੈ ਬਹੁਤ ਅਸਲ ਦੇ ਵਿੱਚ, ਤੇ ਇਸ ਲਈ ਮੈਂ ਚਾਹੁੰਦੀ ਸੀ ਵੀ ਤੁਸੀਂ ਸਾਂਝੀ ਕਰ ਲਓ। ਪਰ ਪਹਿਲਾਂ ਆਪਾਂ ਐਂ ਕਰਦੇ ਹਾਂ ਕਿ ਮਾਰਕੰਡੇ ਕਾਟਜੂ ਹੋਰਾਂ ਦਾ ਜਿਹੜਾ ਬਿਆਨ ਹੈ ਉਹਦੇ ਉੱਪਰ ਜ਼ਰੂਰ ਵਿਚਾਰ। ਦੇਖੋ ਵੀ ਮਾਰਕੰਡੇ ਕਾਟਜੂ ਵੀ ਸਿਰਾ ਲਾ ਦਿੰਦੇ ਆ, ਵਾਕਈ ਇਹ ਸਾਬਕਾ ਮੁੱਖ ਜੱਜ ਹੈਗੇ ਜੀ, ਜਦੋਂ ਵੀ ਇਹ ਬੋਲਦੇ ਆ ਨਾ ਤੇ ਕਈ ਤਰ੍ਹਾਂ ਦੇ ਧਮਾਕੇ ਕਰਦੇ ਆ, ਕਈ ਵਾਰ ਕਈ ਕਿਸਮ ਦੇ ਵਿਵਾਦਾਂ ਦੇ ਵਿੱਚ ਵੀ ਫਸ ਜਾਂਦੇ ਆ, ਪਰ ਬਹੁਤੀ ਵਾਰ ਇਹਨਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਹੁੰਦੀਆਂ। ਹੁਣ ਇਹ ਜਲੰਧਰ ਦੇ ਵਿੱਚ ਆਏ ਜੀ, ਇਹਨਾਂ ਨੇ ਰਾਖਵੇਂ ਕਰਨ ਦੀ ਖਿਲਾਫਤ ਕੀਤੀ ਆ। ਇਹ ਕਹਿੰਦੇ ਵੀ ਭਾਰਤ ਦੇ ਵਿੱਚੋਂ ਰਾਖਵਾਂ ਕਰਨ ਮੁੱਕ ਜਾਣਾ ਚਾਹੀਦਾ। ਰਾਖਵੇਂ ਕਰਨ ਦੇ ਅਧੀਨ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ, ਕਰੋੜਾਂ ਦੀ ਗਿਣਤੀ ਦੇ ਵਿੱਚ, 25 ਕਰੋੜ ਦੇ ਕਰੀਬ ਜੀ, ਤੇ ਨੌਕਰੀਆਂ ਹੈਗੀਆਂ ਬਹੁਤ ਘੱਟ, 1 ਕਰੋੜ ਵੀ ਪੂਰੀਆਂ ਨਹੀਂ ਹੈਗੀਆਂ। ਇਸ ਕਰਕੇ ਭਾਈ ਇਹਨਾਂ ਸਾਰੇ ਲੋਕਾਂ ਨੂੰ ਨੌਕਰੀ ਦਿਓਗੇ ਕਿਵੇਂ? ਜਿਹਦੇ ਅੰਦਰ ਕਾਬਲੀਅਤ ਆ ਉਹ ਆਪੇ ਲੈ ਜਾਊਗਾ ਨੌਕਰੀ, ਤੇ ਰਾਜਨੀਤਿਕ ਲੋਕਾਂ ਨੂੰ ਰਾਖਵੇਂ ਕਰਨ ਦੇ ਨਾਂ ਦੇ ਉੱਤੇ ਲੋਕਾਂ 'ਚ ਪਾੜਾ ਨਹੀਂ ਪਾਉਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਨੇ ਕਈ ਗੱਲਾਂ ਹੋਰ ਕਹੀਆਂ, ਕਹਿੰਦੇ ਵੀ ਬੀਫ 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 ਕੀ ਹੁੰਦਾ? ਗਾਂ ਦਾ ਮਾਸ, ਗਾਂ ਦਾ ਮਾਸ, ਗਾਂ ਦਾ ਮਾਸ ਮੈਂ ਤਾਂ ਖਾਂਦਾ, ਮੈਂ ਪਿਛਲੇ ਦਿਨੀ ਫਲਾਣੀ ਥਾਂ ਗਿਆ ਸੀ ਉੱਥੇ ਖਾਧਾ, ਅਮਰੀਕਾ ਵੀ ਖਾਂਦਾ, ਚੀਨ ਵੀ ਖਾਂਦਾ, ਜਪਾਨ ਵੀ ਖਾਂਦਾ, ਥਾਈਲੈਂਡ ਵੀ ਖਾਂਦਾ, ਸਾਰੇ ਦੇਸ਼ ਖਾਂਦੇ ਆ। ਤੇ ਇਹ ਭਾਰਤ ਦੇ ਵਿੱਚ ਹੀ ਇੱਕ ਪਸ਼ੂ ਨੂੰ ਕਹੀ ਜਾਂਦੇ ਵੀ ਇਹ ਸਾਡੀ ਮਾਂ ਹੈ, ਸਾਡੀ ਮਾਂ ਹੈ, ਸਾਡੀ ਮਾਂ ਹੈ। ਪਸ਼ੂ ਕਦੇ ਕੋਈ ਕਿਸੇ ਦੀ ਮਾਂ ਹੁੰਦਾ ਉਹਨਾਂ ਦੇ ਕਹਿਣ ਦੇ ਮੁਤਾਬਕ? ਉਹਨਾਂ ਨੇ ਜਿਹੜਾ ਤਰਕ ਪੇਸ਼ ਕੀਤਾ ਉਹ ਉਹਨਾਂ ਨੂੰ ਆਪਣੇ ਤੌਰ 'ਤੇ ਠੀਕ ਲੱਗਦਾ ਹੋਊਗਾ, ਪਰ ਜਿਹੜੇ ਲੋਕ ਗਾਂ ਨੂੰ ਮਾਂ ਕਹਿੰਦੇ ਆ ਉਹਨਾਂ ਦੇ ਆਪਣੇ ਤਰਕ ਆ, ਉਹ ਕਹਿੰਦੇ ਵੀ ਜੇਕਰ ਅਸੀਂ ਇਤਿਹਾਸ ਦੇ ਵੱਲ ਦੇਖਦੇ ਹਾਂ ਤਾਂ ਗਾਂ ਸਾਡੀ ਮਾਂ ਹੀ ਹੈ। ਤੇ ਅੱਗੋਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਤਰਕ ਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰੋ, ਵਰਤਮਾਨ ਸਮੇਂ ਦੇ ਵਿੱਚ ਰਹੋ, ਤੇ ਇਦਾਂ ਦੀ ਕੋਈ ਗੱਲ ਹੁੰਦੀ ਨਹੀਂ। ਦੇਖੋ ਗੱਲ ਇਹ ਆ ਵੀ ਆਪਾਂ ਪਹਿਲੀ ਗੱਲ ਤਾਂ ਕਿਸੇ ਦੇ ਜੋ ਵੀ ਨਿੱਜੀ ਵਿਚਾਰ ਨੇ ਉਹਨਾਂ ਦੇ ਉੱਪਰ ਟਿੱਪਣੀ ਨਹੀਂ ਕਰ ਸਕਦੇ। ਇਹ ਮੇਰੀ ਮਰਜ਼ੀ ਹੈ ਕਿ ਮੈਂ ਕਿਹੜੇ ਪਸ਼ੂ ਦਾ ਕਿਵੇਂ ਸਤਿਕਾਰ ਕਰਨਾ, ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਹੜੇ ਪਸ਼ੂ ਦਾ ਕਿਵੇਂ ਸਤਿਕਾਰ ਕਰਨਾ ਜਾਂ ਨਹੀਂ ਕਰਨਾ। ਸੋ ਮੈਨੂੰ ਲੱਗਦਾ ਵੀ ਇਹ ਗੱਲਾਂ ਤਾਂ ਬਿਲਕੁਲ ਬੇਬੁਨਿਆਦ ਨੇ, ਕਿਉਂਕਿ ਇਸ ਵੇਲੇ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਧਰਮ ਹੈ, ਸਭ ਤੋਂ ਵੱਡੀ ਸਮੱਸਿਆ ਪਸ਼ੂ ਪੰਛੀਆਂ ਨੂੰ ਲੈ ਕੇ ਵਿਵਾਦ ਹੈ, ਸਭ ਤੋਂ ਵੱਡੀ ਸਮੱਸਿਆ ਸੱਚ ਬੋਲਣਾ ਹੈ। ਸੋ ਆਪਾਂ ਜਿੰਨਾ ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਦੂਰ ਰਹੀਏ ਉਹ ਜ਼ਿਆਦਾ ਵਧੀਆ, ਕਿਉਂਕਿ ਜਦੋਂ ਠੀਕ ਆ ਕਾਟਜੂ ਹੋਰੀ ਕਹਿੰਦੇ ਵੀ ਤਰਕ ਦੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ, ਤੁਸੀਂ ਤਰਕ ਦੇ ਨਾਲ ਹੀ ਹਮੇਸ਼ਾ ਜ਼ਿੰਦਗੀ ਜੀਓ, ਪਰ ਆਪਾਂ ਹਰੇਕ ਨੂੰ ਇਹਦੇ ਲਈ ਫੋਰਸ ਨਹੀਂ ਕਰ ਸਕਦੇ, ਕਿਸੇ ਨੂੰ ਥੋਪ ਨਹੀਂ ਸਕਦੇ। ਦੇਖੋ ਆਪਾਂ ਕਿਸੇ ਦੇ ਉੱਤੇ ਦਬਾਅ ਨਹੀਂ ਬਣਾ ਸਕਦੇ, ਇਹ ਗੱਲ ਸੱਚੀ ਹੈ, ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਭਾਰਤ ਦੇ ਵਿੱਚ ਹਰ ਗੱਲ ਦਾ ਐਵੇਂ ਪੜੋਲ ਬਣਾ ਲੈਂਦੇ ਆ, ਕਿਉਂਕਿ ਵਿਹਲੜ ਮਾਨਸਿਕਤਾ ਇੱਥੇ ਬਹੁਤ ਆ। ਇੱਥੇ ਰੈਲੀਆਂ ਦੇ ਵਿੱਚ ਜਾਣਗੇ ਹੁਰ ਹੁਰ ਕਰਦੇ, ਉੱਧਰ ਨੂੰ ਤੁਰ ਗਏ ਹੁਰ ਹੁਰ ਕਰਦੇ, ਸਾਡੇ ਧਰਮ ਨੂੰ ਖਤਰਾ ਹੁਰ ਹੁਰ ਕਰਦੇ, ਇੱਧਰ ਨੂੰ ਤੁਰ ਜਾਣਗੇ, ਵੀ ਕਦੇ ਕੰਮ ਵੀ ਕਰਿਆ ਕਰਨ। ਜਦੋਂ ਇਹ ਜ਼ੋਰ ਦੇ ਕਹਿੰਦੇ ਨਾ ਵੀ ਇੱਥੇ ਗੋਹਾ ਭਰਿਆ ਭਾਰਤ ਦੇ ਲੋਕਾਂ ਦੇ, ਤੇ ਉਦੋਂ ਬੰਦਾ ਸੋਚਣ ਲਈ ਜ਼ਰੂਰ ਮਜਬੂਰ ਹੁੰਦਾ ਵੀ ਕੀ ਪਤਾ ਭਰਿਆ ਹੀ ਹੋਵੇ ਮਾੜਾ ਮੋਟਾ। ਕਿਉਂਕਿ ਜੇਕਰ ਆਪਾਂ ਸਿੱਧੀ ਕਿਸੇ ਨੂੰ ਗੱਲ ਕਹਿੰਦੇ ਆ ਵੀ ਤੇਰੇ ਇੱਥੇ ਸਿਰ 'ਚ ਫੋਸ ਆ, ਠੀਕ ਆ, ਤਾਂ ਬੰਦਾ ਮੰਨ ਕੇ ਰਾਜ਼ੀ ਨਹੀਂ ਗਾ। ਤੁਸੀਂ ਦੇਖੋ ਵੀ ਬਾਹਰ ਗਲੀ ਦੇ ਵਿੱਚ ਖੜ ਕੇ ਕਹਿ ਦਿਓ ਵੀ ਗਾਂ ਜਿਹੜਾ ਪਸ਼ੂ ਆ ਇਹ ਕਿਹਦੀ ਮੰਮੀ ਆ, ਕਾਹਤੋਂ ਮਾਂ ਬਣਾਈ ਆਪਦੀ, ਆਪਦੀ ਮਾਂ ਨੂੰ ਸੰਭਾਲੋ ਪਹਿਲਾਂ, ਤੁਹਾਡੀ ਮਾਂ ਸਾਡੇ ਬੱਚਿਆਂ ਨੂੰ ਕਿਉਂ ਮਾਰਦੀ ਆ? ਮੈਂ ਹਮੇਸ਼ਾ ਲੋਕ ਉਦੋਂ ਹੀ ਗੱਲ 'ਚ ਗੂਠਾ ਦੇਣ ਨੂੰ ਫਿਰਨਗੇ ਜੀ, ਪਰ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਮੂਹਰੇ ਇਹ ਸਵਾਲ ਜ਼ਰੂਰ ਰੱਖਦੀ ਹੁੰਦੀ ਆ ਕਿ ਠੀਕ ਹੈ ਸਾਨੂੰ ਇਹਦੇ ਨਾਲ ਕੋਈ ਵੀ ਆਪੱਤੀ ਨਹੀਂ ਵੀ ਗਾਂ ਤੁਹਾਡੀ ਮਾਂ ਹੈ ਤੁਸੀਂ ਮੰਨੋ, ਹੈ ਨਾ, ਅਸੀਂ ਇਹਦੇ ਉੱਪਰ ਕੋਈ ਟਿੱਪਣੀ ਨਹੀਂ ਕਰਦੇ, ਪਰ ਉਹਨਾਂ ਗਾਂ
ਉੱਥੇ ਕੁਛ ਨਹੀਂ ਸੀਗਾ, ਸੜਕ 'ਤੇ ਨਹੀਂ ਰਹੀ ਸੀ ਅਤੇ ਸੜਕ 'ਤੇ ਬਸ ਮੈਂ ਹੀ ਸੀ ਅਤੇ ਬਈ ਮੈਨੂੰ ਸੱਚੀ ਮੁੱਚੀ ਸਹੁੰ ਲੱਗੇ, ਪਤਾ ਹੀ ਨਹੀਂ ਲੱਗਿਆ ਵੀ ਗਾਂਹ ਭਾਜਪਾ ਦਾ ਇੱਕ ਬਹੁਤ ਨੇੜਲਾ ਵਿਅਕਤੀ ਖੜ੍ਹਾ ਸੜਕ ਦੇ ਵਿਚਾਲੇ, ਕੌਣ ਠੀਕ ਆ, ਉਹਨੇ ਮੈਨੂੰ ਸਿੰਘਾਂ 'ਤੇ ਚੱਕ ਲੈਣਾ ਸੀ, ਉਹ ਸੜਕ ਦੇ ਵਿਚਾਲੇ ਖੜਾ, ਜਦੋਂ ਮੈਂ ਕੋਲੇ ਕਹਿੰਦਾ ਹਾਂ ਤੇ ਮੈਂ ਕਰਕੇ ਤੇ ਕੱਢਿਆ, ਤੇ ਮੇਰਾ ਕੰਮ ਹੋ ਗਿਆ ਸੀ, ਉਹਨੇ ਪਛਾਣ ਤੇ ਲੈ ਵਿਚਾਈ ਦੇ ਵਿਚਾਰ ਜਾਹੀ ਹੁੰਦਾ ਹੈ, ਮੇਰੀਆਂ ਯਾਦਾਂ ਹੀ ਰਹਿ ਜਾਣੀਆਂ ਸੀ, ਇਸ ਕਰਕੇ ਭਾਈ ਜ਼ਿੰਦਗੀ ਮਨੁੱਖ ਦੀ ਵੀ ਬਹੁਤ ਕੀਮਤੀ ਹੈ, ਜੇਕਰ ਪਸ਼ੂ ਕੀਮਤੀ ਹੈ ਮਨੁੱਖ ਨੂੰ ਵੀ ਬਚਾਓ, ਦਾਰੂ ਕਰ ਲਈ ਬੰਦੂਕ 12 ਬੋਰ ਦੀ ਤੇ ਦੋ ਚੀਜ਼ਾਂ ਜੱਟ ਮੰਗਦਾ, ਤੁਹਾਨੂੰ ਕੀ ਹੋ ਗਿਆ, ਮੈਨੂੰ ਕੁਛ ਨਹੀਂ ਹੋਇਆ, ਤੁਸੀਂ ਮੈਨੂੰ ਠੀਕ ਨਹੀਂ ਲੱਗ ਰਹੇ, ਜੇ ਪੀਣੀ ਛੱਡਤੀ ਜੱਟਾਂ ਨੇ ਫਿਰ ਕੌਣ ਮਾਰੂ ਲਲਕਾਰੇ, ਅੱਛਾ ਹਾਂ ਪੌਣੇ 5 ਵਜੇ ਤੱਕ ਖਾਲੀ ਕਰਤਾ ਢੋਲ ਜੱਟ ਗਏ, ਉਹ ਤੇਰੀ ਨਹੀਂ ਨਹੀਂ ਪਰ ਪੌਣੇ 5 ਤਾਂ ਹਾਂ ਕਹੀ ਸੀ ਨਾ, 5 ਵਜਦੇ ਨੂੰ ਕੀਤਾ ਸੀ ਖਾਲੀ, ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਲਕੀਰ ਦਾ ਫਕੀਰ ਬਚਪਨ ਤੋਂ ਹੀ ਨਹੀਂ ਆ, ਮੈਂ 15 ਮਿੰਟ ਅੱਗੇ ਵੀ ਕਰ ਸਕਦਾ, ਸਮਾਂ ਪਹਿਲਾਂ ਵੀ ਕਰ ਸਕਦਾ, ਜਿਹੜਾ ਬੰਦਾ ਪੀਂਦਾ ਹੀ ਆ ਉਹਨੂੰ ਭਾਵੇਂ 3:30 ਵਜੇ ਲਾ ਦਿਓ, ਵਾਕਈ ਤੁਹਾਨੂੰ 15 ਮਿੰਟ ਦੇ ਵਿੱਚ ਕੀ ਸਮੱਸਿਆ ਆਉਂਦੀ ਮੈਨੂੰ ਇਹ ਦੱਸੋ, ਨਹੀਂ ਨਹੀਂ ਮੈਂ ਤੁਹਾਡੀ ਬਰਫ ਫੁਰਦੀ ਆ, ਦੇਖ ਰਹੀ ਸੀ ਵੀ ਤੁਹਾਡਾ ਗਾਣਿਆਂ ਨਾਲ ਬਹੁਤ ਨੇੜਲਾ ਰਿਸ਼ਤਾ ਹੈ, ਕਦੀ ਤਾਂ ਕਬੂਤਰ ਆ ਆ ਆ ਹੋ ਜਾਂਦਾ, ਕਦੀ 4:45 ਹੋ ਜਾਂਦੇ ਨੇ, ਦੇਖੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਵੀ ਕਿਸੇ ਗਾਣੇ ਨੂੰ ਬੋਲਦਾ ਇਹਨਾਂ ਵਿੱਚੋਂ ਫੜਦੇ ਰਹਿੰਦੇ ਸ਼ਬਦ ਵੀ ਇਹਨੇ ਹੁਣ ਆਹ ਗੱਲ ਕਿਵੇਂ ਕਹਿਤੀ ਹੋਊਗੀ, ਮੈਂ ਹੁਣ ਤੁਰਿਆ ਜਾਂਦਾ ਕਦੇ ਕੰਨ ਵਲੇਲ ਪੈ ਗਈ ਵੀ ਉਹ ਬੱਸ ਦੇ ਵਿੱਚ ਬੈਠੇ ਨੇ ਸੁਣ ਲਿਆ, ਮੈਂ ਕਿਹੜਾ ਘਰੇ ਜਾ ਕੇ ਟੀਵੀ ਮੂਹਰੇ ਬਹਿ ਕੇ ਸੁਣਦਾ, ਨਹੀਂ ਪਰ ਮੈਂ ਹੈਰਾਨ ਹੋ ਗਈ, ਮੈਂ ਕੰਨਾਂ 'ਚ ਕੂਟਕਾਂ ਲਾ ਕੇ ਤੇ ਯੂਟਿਊਬ ਤੇ ਗਾਣੇ ਸੁਣਦਾ, ਇੱਕ ਵਾਰ ਮੁਹੰਮਦ ਸਦੀਕ ਹੋਰਾਂ ਦਾ ਗਾਣਾ ਸੁਣਾ ਦੋ ਫਿਰ, ਕਿਹੜਾ, ਕੋਈ ਵੀ ਸੁਣਾ, ਰੋੜੇ ਇਹਦੀ ਰਾਰੀ ਗਸ਼ੀਸ਼ਾ ਨਾ ਕੋਈ ਵਾਰੀ, ਕਮਾਲ ਕਰ ਦਿੱਤੀ ਹੈ, ਦੇਖੋ ਪੁਰਾਣੇ ਗਾਇਕ ਪੁਰਾਣੇ ਹੀ ਆ, ਹੁਣ ਵਾਲਿਆਂ ਦਾ ਤਾਂ ਪਤਾ ਨਹੀਂ ਲੱਗਦਾ, ਘੱਟੋ ਘੱਟ ਇੱਕ ਇੱਕ ਕਲਾਕਾਰ ਜਿਹੜਾ ਨਵੇਂ ਪੂਰ ਦਾ ਜਿਹਨੇ ਜਿੱਲ ਐਂ ਲਾ ਕੇ ਵਾਲ ਖੜੇ ਕੀਤੇ ਆ, ਉਹ ਦਿਨ ਦੇ ਵਿੱਚ 100-100 150-150 ਮੱਖੀ ਦਾ ਕਾਤਲ ਬਣ ਜਾਂਦਾ ਜਦੋਂ ਇੱਥੇ ਬਹਿੰਦਗਾ ਢਿੱਡ ਵਿੱਚ ਦੀ ਨਿਕਲ ਜਾਂਦੇ ਵਾਲ, ਨਹੀਂ ਨਹੀਂ ਕੁਛ ਨਹੀਂ ਆ, ਪਰ ਨਹੀਂ ਆਪਾਂ ਜਿਹੜੀ ਗੱਲ ਕਰ ਰਹੇ ਸੀ, ਇੰਨੀ ਦਾਰੂ ਤੁਹਾਨੂੰ ਕਿਵੇਂ ਚੇਤੇ ਆਈ, ਉਹ ਮੈਨੂੰ ਤਾਂ ਚੇਤੇ ਆਈ ਵੀ ਵੋਟਾਂ ਸਿਰ ਤੇ ਆ, ਕੋਈ ਮੰਨੇ ਜਾਂ ਨਾ ਮੰਨੇ, ਭਾਵੇਂ ਕੋਈ ਸਿਆਸੀ ਪਾਰਟੀ ਕਵੇ ਕਿ ਅਸੀਂ ਤਾਂ ਜੀ ਬਿਨਾਂ ਨਸ਼ਿਆਂ ਤੋਂ ਵੋਟਾਂ ਜਿੱਤਦੇ ਹੁੰਦੇ ਹਾਂ, ਐਂ ਅਸੀਂ ਚੋਣਾਂ ਲੜ ਲੈਂਦੇ ਹੁੰਦੇ ਹਾਂ, ਪਰ ਬਰਫੀ ਗੁੜ ਹੈ ਇੱਕ ਬਰਫੀ ਗੁੜ, ਇਹ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਮੰਡੀ ਆ ਬਰਫੀ ਗੁੜ ਦੀ, ਉਹ ਬਰਫੀ ਗੁੜ ਆ ਜਿਹੜਾ ਉਹ ਰੂੜੀ ਮਾਰਕਾ ਬਣਾਉਣ ਦੇ ਕੰਮ ਆਉਂਦਾ, ਉਸ ਰੂੜੀ ਮਾਰਕਾ ਨੂੰ ਬਣਾਉਣ ਵਾਸਤੇ ਬਰਫੀ ਗੁੜ ਦੀ ਮੰਗ ਪੰਜਾਬ ਦੇ ਵਿੱਚ ਬੜੀ ਵਧੀ ਹੈ, ਤੇ ਮਾਲਵਾ ਖਿੱਤੇ ਦੇ ਵਿੱਚ ਜਿਹੜੇ ਲੋਕ ਅੱਗੇ ਤੋਂ ਅੱਗੇ ਗੁੜ ਨੂੰ ਸਪਲਾਈ ਕਰਦੇ ਭੇਜਦੇ ਆ, ਉਹਨਾਂ ਨੇ ਗੱਲ ਕਹੀ ਆ ਵੀ ਹੁਣ ਦੁੱਗਣੀ ਚੌਗਣੀ ਮੰਗ ਵੱਧ ਗਈ ਆ, ਚਲੋ ਗੁੜ ਦੀ ਮੰਗ ਵੱਧ ਗਈ, ਲੋਕਤੰਤਰ ਨੂੰ ਅਸੀਂ ਬੋਤਲਾਂ ਦੇ ਨਾਲ ਐਂ ਮਜ਼ਬੂਤ ਕਰਦੇ ਹੁੰਦੇ ਆ, ਲੋਕਤੰਤਰ ਨੂੰ ਜਦੋਂ ਵੀ ਸਾਡਾ ਸੂਤ ਲੱਗੇ ਉਦੋਂ ਅਸੀਂ ਭੁੱਕੀ ਨਾਲ ਮਜ਼ਬੂਤ ਕਰਦੇ ਹੁੰਦੇ ਆ, ਮੁੜ ਕੇ ਅਸੀਂ ਉਸੇ ਲੋਕਤੰਤਰ ਨੂੰ ਗਾਲਾਂ ਵੀ ਉਸੇ ਬੋਤਲ ਦੇ ਸਿਰ ਦੇ ਉੱਪਰ ਕੱਢਦੇ ਹੁੰਦੇ ਆ ਵੀ ਰਾਤ ਨੂੰ ਪੈਗ ਜੇ ਲਾ ਕੇ ਤੇ ਫਿਰ ਸਾਨੂੰ ਚੇਤਾ ਆਉਂਦਾ ਬੱਤੀ ਹੈ ਨੀ, ਆਹ ਨੀ ਹੋਇਆ, ਗਲੀ ਨੀ ਪੱਕੀ ਹੋਈ, ਜਿੰਨੀ ਦੇਰ ਤੱਕ ਅਸੀਂ ਦਾਰੂ ਨਹੀਂ ਪੀਂਦੇ ਕਈ ਵਾਰ ਨਾ ਸਾਡੇ ਅੰਦਰੋਂ ਇਨਕਲਾਬ ਉਹਨਾਂ ਚਿਰ ਨਿਕਲਦਾ ਹੀ ਨਿਕਲਦਾ, ਮੈਂ ਬਹੁਤ ਸਾਰੇ ਇਨਕਲਾਬੀ ਦੇਖੇ ਆ ਆਪੇ ਬਣੇ ਜਿਹੜੇ ਹੁੰਦੇ ਆ, ਉਹ ਬੀੜੀ ਤੇ ਸਿਗਰਟ ਪੀਤੇ ਬਿਨਾਂ ਸਮਾਜ ਦੀ ਚਿੰਤਾ ਨਹੀਂ ਕਰ ਸਕਦੇ, ਜਦੋਂ ਉਹ ਬੀੜੀ ਪੀ ਲੈਂਦੇ ਆ ਤੇ ਫਿਰ ਕਹਿਣਗੇ ਡਾਲਰ ਆ ਜਿਹੜਾ ਰੁਪਈਏ ਦੇ ਮੁਕਾਬਲੇ ਮਜ਼ਬੂਤ ਕਿਉਂ ਹੋ ਰਿਹਾ, ਸਾਡਾ ਰੁਪਈਆ ਲਗਾਤਾਰ ਕਮਜ਼ੋਰ ਹੋ ਰਿਹਾ, ਲਾ ਕੇ 4 ਲਾਣ ਦੇ ਪੈਗ ਕਹਿਣਗੇ ਜੀ ਡੀ ਪੀ ਪਤਾ ਨਹੀਂ ਕਿਉਂ ਡਿੱਗ ਰਹੀ ਹੈ ਸਾਡੀ, ਬੰਦਾ ਬਣ ਕੇ ਨਾ ਕੰਮ ਕਰ ਲਾ, ਜੇ ਲੰਗਰ ਖਾਣਾ ਤਾਂ ਜੇ ਝੁਲਸਣੀ ਹੈ ਨਾ ਰੋਟੀ ਤੇ ਜਾ ਕੰਮ ਕਰ ਲਾ, ਕੋਈ ਜਾਂਦੇ ਜਾਂਦੇ ਕਰਨਗੇ ਤਾਲਿਬਾਨੀ ਹਮਲਿਆਂ ਬਾਰੇ ਮੈਂ ਸੋਚਾਂਗਾ, ਏਦਾਂ ਨੀ ਗੱਲ ਹੈ, ਪਰ ਸਾਡਾ ਲੋਕਤੰਤਰ ਹੈ ਜਿਹੜਾ ਉਹ ਜਿਵੇਂ ਮਜ਼ਬੂਤ ਹੁੰਦਾ ਸੀ ਉਵੇਂ ਮਜ਼ਬੂਤ ਹੁੰਦਾ ਰਹਿਣਾ, ਕਿਉਂਕਿ ਭੁੱਕੀ ਦਾ ਦੌਰ ਛਿੜ ਚੁੱਕਿਆ, ਆਹ ਜਿਹੜਾ ਹੁਣ ਬਰਫੀ ਗੁੜ ਆਇਆ ਇਹਨੂੰ ਤੁਸੀਂ ਰੋਟੀ ਤੋਂ ਬਾਅਦ ਡਲੀ ਬਣਾ ਕੇ ਥੋੜੀ ਖਾਣਾ, ਇਹਦੇ ਨਾਲ ਰੂੜੀ ਮਾਰਕਾ ਨਿਕਲਣੀ ਹੈ, ਤੇ ਪਿਛਲੇ ਕੁਛ ਕੁ ਹਫ਼ਤਿਆਂ ਦੇ ਵਿੱਚ ਜਦੋਂ ਤੋਂ ਚੋਣ ਜ਼ਾਬਤਾ ਲੱਗਾ ਪੰਜਾਬ ਦੇ ਵਿੱਚੋਂ ਲੱਖਾਂ ਲੀਟਰ ਜਿਹੜੀ ਆ ਨਕਲੀ ਸ਼ਰਾਬ ਜਾਂ ਜਿਹੜੀ ਗੈਰ ਕਾਨੂੰਨੀ ਸ਼ਰਾਬ ਉਹ ਫੜੀ ਗਈ ਆ, ਤੇ ਉਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜਿਨ੍ਹਾਂ ਦੇ ਕੋਲੋਂ ਫੜੀ ਗਈ ਆ, ਇਹ ਹਾਲੇ ਹੋਰ ਫੜੀ ਜਾਣੀ ਆ, ਇਹ ਘਰਾਂ ਦੇ ਵਿੱਚ ਮੋਟਾ ਸੰਤਰਾ ਸ਼ਰਮੀਲੀ ਭੜਕੀਲੀ ਭੰਗੜਾ ਪਤਾ ਨਹੀਂ ਕਿਹੜੇ ਕਿਹੜੇ ਜਾਣੇ ਆ, ਸਾਡੇ ਕੋਲ 10 ਵੋਟਾਂ ਤੇ ਭੜਕੀਲੀ ਦੀਆਂ 2 ਪੇਟੀਆਂ ਲਵਾਂਗੇ, ਵਾਕਈ ਫਿਰ ਮੁੜ ਕੇ ਕਹਿਣਾ ਹੁੰਦਾ ਐਤਕੀ ਕੁਛ ਸਵਾਰਿਆ ਨਹੀਂ ਐ, ਮੈਂ ਐਤਕੀ ਸਾਡਾ ਕੁਛ ਨਹੀਂ ਸਵਾਰਿਆ, ਬਸ ਮੂੰਹ ਦਾ ਸਵਾਰੀ ਸੀ ਮੜਾ ਜਾ ਬੇੜਾ ਬਹਿ ਗਿਆ ਇਹਦਾ ਤਾਂ, ਬਈ ਇਸ ਵੇਲੇ ਨਾ ਪਿਤਾ ਜੀ ਲੋਕਾਂ ਦੇ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹ ਬਹੁਤ ਪਰੇਸ਼ਾਨ ਨੇ, ਕੀ ਗੱਲ ਹੋ ਗਈ, ਕਹਿੰਦੇ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਜੇਲ੍ਹ ਦੇ ਵਿੱਚ ਬੈਠੇ ਨੂੰ, ਦੇਖ ਕੇ ਕੌਣ ਜਾਂਦਾ ਹੋਊਗਾ, ਪੁਲਿਸ ਵਾਲੇ, ਕਿਉਂ, ਹਾਂ ਉਹ ਕਹਿੰਦੇ ਕਾਂਗਰਸ ਨੂੰ ਵੋਟ ਪਵਾਓ ਤੇ ਪਾਓ, ਅੱਛਾ ਤੁਸੀਂ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਹੋ, ਤੇ ਵੋਟ ਪਾਉਣ ਵਾਸਤੇ ਬਾਹਰ ਕੱਢਣਗੇ ਉਹਨਾਂ ਨੂੰ, ਇਹ ਨਹੀਂ ਪਤਾ, ਪਰ ਜਾਂ ਫਿਰ ਅੰਦਰ ਹੀ ਪੋਲਿੰਗ ਬੂਥ ਲਾ ਲੈਣਗੇ, ਕੁਛ ਵੀ ਹੋ ਸਕਦਾ, ਵਿਸ਼ੇਸ਼ ਤੌਰ ਤੇ ਸਮਝਦੇ ਕਿਉਂ ਨਹੀਂ ਹੁੰਦੇ ਗੱਲ ਨੂੰ, ਪਰ ਉਹ ਕਹਿੰਦੇ ਵੀ ਲੋਕਾਂ 'ਚ ਵੀ ਸੁਨੇਹਾ ਦਿਓ ਇੱਕ ਵਾਰੀ ਵੀ ਕਾਂਗਰਸ ਨੂੰ ਵੋਟ ਪਾਓ।
ਹਾਂ ਇਹ ਇਹ ਹੈ ਨਾ ਜਿਹੜੇ ਉਹ ਪਿਤਾ ਜੀ ਨੇ ਲੋਕਾਂ ਦੇ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਕਹਿੰਦੇ ਮੇਰੇ ਉੱਤੇ ਦਬਾਅ ਬਣਾਈ ਜਾਂਦੇ ਨੇ ਅੰਦਰ ਬੈਠੇ ਤੇ ਕਾਂਗਰਸ ਤਾਂ ਇਹ ਗੱਲ ਕਹਿੰਦੀ ਹੈ ਵੀ ਅਸੀਂ ਪਿਤਾ ਜੀ ਵਾਲੇ ਪ੍ਰੇਮੀਆਂ ਦੇ ਕੋਲੇ ਬੇਨਤੀ ਕਰਨੀ ਨਹੀਂ ਗੀ ਸਾਨੂੰ ਲੋੜ ਹੀ ਨਹੀਂ ਗੀ ਫਿਰ ਇਹ ਪੁਲਿਸ ਵਾਲਿਆਂ ਨੂੰ ਜ਼ਿਆਦਾ ਹੇਜ ਆਉਂਦਾ ਪਿਆ ਕੀ ਪਤਾ ਨਹੀਂ ਕੀ ਚੱਲਦਾ ਹਰਿਆਣੇ ਦੇ ਵਿੱਚ ਸਰਕਾਰ ਵੀ ਭਾਜਪਾ ਦੀ ਹੈ ਤੇ ਪੁਲਿਸ ਫਿਰ ਵੀ ਜਾ ਕੇ ਕਹਿੰਦੀ ਹੈ ਵੀ ਭਾਈ ਕਾਂਗਰਸ ਨੂੰ ਵੋਟਾਂ ਪਵਾਓ ਇਹ ਕੀ ਚੱਕਰ ਬਣਿਆ ਮੈਨੂੰ ਕੀ ਪਤਾ ਤੁਸੀਂ ਦੱਸੀ ਇਹ ਗੱਲ ਮੈਂ ਤਾਂ ਅਖਬਾਰ 'ਚ ਪੜ੍ਹੀ ਆ ਹਾਂ ਕਹਿੰਦੇ ਕਿ ਉਹ ਬਹੁਤ ਪਰੇਸ਼ਾਨ ਨੇ ਉਹ ਕਹਿੰਦੇ ਹਰ ਰੋਜ਼ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਮੈਨੂੰ ਆਣ ਕੇ ਮੇਰੇ ਤੇ ਦਬਾਅ ਬਣਾਉਂਦੇ ਨੇ ਵੀ ਤੁਸੀਂ ਆਪਣੇ ਡੇਰਾ ਪ੍ਰੇਮੀਆਂ ਨੂੰ ਕਹੋ ਤੇ ਪਲੱਸ ਤੁਸੀਂ ਵੀ ਕਾਂਗਰਸ ਨੂੰ ਵੋਟ ਪਾਉਣੀ ਕਾਂਗਰਸ ਨੂੰ ਜਿਤਾਓ ਦੇਖੋ ਜੀ ਇਹ ਖਬਰਾਂ ਆਈਆਂ ਇਹ ਖਬਰਾਂ ਪੜ੍ਹੀਆਂ ਪਰ ਉਸ ਤੋਂ ਬਾਅਦ ਜਿਹੜੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਪੜਤਾਲ ਕਰਵਾਈ ਆ ਜਾ ਕੇ ਉਹ ਪਿਤਾ ਜੀ ਤੱਕ ਵੀ ਪਹੁੰਚ ਗਏ ਉਹ ਪਿਤਾ ਜੀ ਨੇ ਕਿਹਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਮੇਰੇ ਉੱਤੇ ਕੋਈ ਦਬਾਅ ਨਹੀਂ ਬਣਿਆ ਬਿਨਾਂ ਖੰਭਾਂ ਤੋਂ ਡਾਰਾਂ ਬਣੀਆਂ ਬਿਨਾਂ ਅੱਗ ਤੋਂ ਧੂੰਆਂ ਨਿਕਲਿਆ ਮੈਂ ਯਕੀਨ ਨਹੀਂ ਕਰਦਾ ਇਹਨਾਂ ਗੱਲਾਂ ਦੇ ਵਿੱਚ ਪਰ ਸਿਆਣੇ ਤਾਂ ਇਹ ਕਹਿੰਦੇ ਰਹੇ ਆ ਵੀ ਜਿੱਥੇ ਧੂੰਆਂ ਹੋਵੇ ਉੱਥੇ ਅੱਗ ਵੀ ਹੁੰਦੀ ਆ ਹੁੰਦੀ ਆ ਸਿਆਣੇ ਤਾਂ ਬਹੁਤ ਕੁਝ ਕਹਿੰਦੇ ਆ ਸਿਆਣੇ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਪਿਤਾ ਜੀ ਇੱਕ ਹੀ ਹੁੰਦਾ ਸਿਆਣੇ ਤਾਂ ਇਹ ਵੀ ਕਹਿੰਦੇ ਵੀ ਉਸ ਪਿਤਾ ਜੀ ਦੇ ਹੀ ਸਤਿਕਾਰ ਕਰਨਾ ਚਾਹੀਦਾ ਸਿਆਣੇ ਇਹ ਵੀ ਗੱਲ ਕਹਿੰਦੇ ਵੀ ਆਪਣੇ ਪਿਤਾ ਜੀ ਦੇ ਲਈ ਜਾਨ ਕੁਰਬਾਨ ਕਰ ਦੇਣੀ ਚਾਹੀਦੀ ਹੈ ਕੀਤੀ ਸੀ ਪਰ ਸਿਆਣੇ ਨੇ ਕਦੇ ਇਹ ਗੱਲ ਥੋੜੀ ਕਹੀ ਆ ਵੀ ਆਪਦੇ ਪਿਤਾ ਜੀ ਨੂੰ ਮੰਜੀ ਦੇ ਉੱਤੇ ਛੱਡ ਕੇ ਭੁੱਖਣ ਪਹਾੜੇ ਤੇ ਤੁਸੀਂ ਫਲਾਣੀ ਥਾਂ ਤੇ ਚਲੇ ਜਾਓ ਉੱਥੇ ਆਲੂ ਪੱਟਦੇ ਫਿਰੋ ਦੇਖੋ ਜਦੋਂ ਸਿਆਣੇ ਸਾਡੇ ਵੱਲ ਦੀ ਗੱਲ ਕਰਦੇ ਨੇ ਉਦੋਂ ਸਿਆਣੇ ਸਿਆਣੇ ਹੁੰਦੇ ਆ ਜਦੋਂ ਸਿਆਣੇ ਸਾਨੂੰ ਕੋਈ ਸੇਧ ਦੇਣ ਵਾਲੀ ਗੱਲ ਜਦੋਂ ਸੱਚ ਬੋਲਣ ਜਦੋਂ ਕੋਈ ਸਾਨੂੰ ਸੱਚਾਈ ਦੇ ਨਾਲ ਕਹਿ ਲਓ ਮੁਖਾਤਬ ਕਰਾਉਣ ਉਦੋਂ ਸਿਆਣੇ ਗਲਤ ਹੋ ਜਾਂਦੇ ਨੇ ਇਹ ਸਿਆਣੇ ਵੀ ਕਿੰਨੇ ਤਰ੍ਹਾਂ ਦੇ ਪਾਏ ਜਾਂਦੇ ਮੈਂ ਨਾ ਜਦੋਂ ਰੌਲਾ ਜਿਹਾ ਵਧਿਆ ਸੀਗਾ ਤੇ ਇੱਕ ਉਹਨਾਂ ਦੇ ਪੁੱਤਰ ਨੂੰ ਕਿਹਾ ਮੈਂ ਕਿਹਾ ਵੀ ਉਹਨਾਂ ਦੇ ਪੁੱਤਰ ਜੀ ਤੇ ਤੁਹਾਡੇ ਬਾਪੂ ਦੀ ਫਿਲਮ ਆਈ ਸੀਗੀ ਵੀ ਫਿਲਮ ਕਿਵੇਂ ਰਹੀ ਕਹਿੰਦੇ ਫਿਲਮ ਵੀਰ ਜੀ ਐਸੀ ਅੱਜ ਤੱਕ ਆਈ ਨਹੀਂ ਕਦੇ ਨਾ ਕਦੇ ਆ ਸਕਦੀ ਆ ਇਹਦੇ ਵਿੱਚ ਰੂਹਾਨੀਅਤ ਸੀ ਫਿਲਮ ਦੇ ਵਿੱਚ ਜਿਸ ਤਰੀਕੇ ਨਾਲ ਸਾਡੇ ਬਾਪੂ ਨੇ ਬੜਕ ਬੜਕ ਕੇ ਡਾਈਆਂ ਮਾਰ ਮਾਰ ਕੇ ਦੁਸ਼ਮਣ ਮਾਰੇ ਆ ਉੱਡ ਉੱਡ ਕੇ ਛਾਤੀ 'ਚ ਲੱਤਾਂ ਮਾਰੀਆਂ ਉਹਨਾਂ ਨੇ ਛਾਤੀ 'ਚ ਲੱਤਾਂ ਮਾਰੀਆਂ ਜਿਸ ਤਰੀਕੇ ਦਾ ਉਹਨਾਂ ਦਾ ਪਹਿਰਾਵਾ ਸੀਗਾ ਇਹੋ ਜਿਹੀ ਗੱਲ ਨਾ ਕਦੇ ਬਣੀ ਆ ਤੇ ਨਾ ਕਦੇ ਬਣਨੀ ਆ ਉਹਨੇ ਨਾ ਸਿਫਤਾਂ ਦੇ ਪੁਲ ਬਾਹਲੇ ਬੰਨਤੇ ਮੈਂ ਕਿਹਾ ਬਈ ਸੱਚ ਸੱਚ ਦੱਸੀ ਝੂਠ ਨਾ ਬੋਲੀ ਵੀ ਅੱਜ ਤੱਕ ਤੂੰ ਕਿੰਨੀਆਂ ਫਿਲਮਾਂ ਦੇਖੀਆਂ ਕਹਿੰਦਾ ਮੈਂ ਕਦੇ ਸਿਨੇਮੇ 'ਚ ਨਹੀਂ ਗਿਆ ਸੀ ਮੈਂ ਇਹ ਪਹਿਲੀ ਫਿਲਮ ਦੇਖੀ ਆ ਮੈਂ ਕਿਹਾ ਤੈਨੂੰ ਚੰਗੀ ਵੀ ਤਾਂ ਕਰਕੇ ਲੱਗੀ ਆ ਹੁਣ ਜੇ ਤੂੰ ਹੋਰ ਕਿਸੇ ਦੀ ਦੇਖੇਗਾ ਫਿਰ ਮਾੜੀ ਲੱਗੂਗੀ ਤੈਨੂੰ ਮਹਾਰਾਜ ਦੀ ਸੌਣ ਲੱਗੇ ਹੁਣ ਦੇਖੀ ਵੀ ਨਾ ਪਰ ਮੈਂ ਨਾ ਇਸ ਗੱਲੋਂ ਹੈਰਾਨ ਆ ਵੀ ਲਵ ਚਾਰਜਰ 'ਚ ਕਿਹੜੀ ਰੂਹਾਨੀਅਤ ਸੀ ਉਹ ਆਂਦੇ ਵੀ ਜਿਹੜਾ ਲਵ ਚਾਰਜਰ ਆ ਨਾ ਇਹਦਾ ਮਤਲਬ ਇਉਂ ਨਹੀਂ ਹੁੰਦਾ ਵੀ ਇੱਕ ਮੋਬਾਈਲ ਦਾ ਚਾਰਜਰ ਆ ਤੇ ਇੱਧਰ ਲਵ ਮੁੰਡੇ ਕੁੜੀ ਦਾ ਤੁਸੀਂ ਗੱਲ ਕਰਕੇ ਤਾਂ ਦੇਖਿਓ ਕਦੇ ਪੁੱਤਰਾਂ ਦੇ ਕੋਲੇ ਉਹ ਕਹਿੰਦੇ ਆ ਵੀ ਇਹ ਜਿਹੜਾ ਲਵ ਚਾਰਜਰ ਮਤਲਬ ਇਹ ਆ ਵੀ ਰੂਹਾਨੀਅਤ ਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਚਾਰਜ ਕਰਦੇ ਆ ਊਰਜਾਵਾਨ ਕਰਦੇ ਆ ਬਸ ਤੁਹਾਡੀ ਲਿਵ ਜੋੜ ਦਿੰਦੇ ਆ ਉਹਨਾਂ ਦੇ ਇਹੋ ਜਿਹੇ ਤਰਕ ਆ ਤੁਸੀਂ ਜੁੜਾਉਣੀ ਲਿਵ ਮੈਂ ਤਾਂ ਨਹੀਂ ਜੁੜਾਉਣੀ ਮੇਰੀ ਵੈਸੇ ਜੁੜੀ ਆ ਮੇਰੀ ਮੇਰੇ ਕੰਮ ਨਾਲ ਜੁੜੀ ਹੈ ਇਹ ਲਿਵ ਤਾਂ ਜੁੜਦੀ ਹੈ ਜੇ ਘਰ ਵਿੱਚ ਬੈਠੇ ਬਜ਼ੁਰਗ ਮਾਤਾ ਪਿਤਾ ਦਾ ਵੀ ਖਿਆਲ ਕਰੀਏ ਇਹ ਲਿਵ ਤਾਂ ਜੁੜਦੀ ਹੈ ਜੇਕਰ ਆਪਣੇ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣੀਏ ਇਹ ਲਿਵ ਤਾਂ ਜੁੜਦੀ ਹੈ ਜੇਕਰ ਅਸੀਂ ਆਪਣੇ ਬਰਾਬਰਦਿਆਂ ਦਾ ਸਤਿਕਾਰ ਕਰੀਏ ਨਿੱਕਿਆਂ ਨੂੰ ਵੀ ਪਿਆਰ ਕਰੀਏ ਤਾਂ ਵੱਡਿਆਂ ਨੂੰ ਵੀ ਬਹੁਤ ਜ਼ਿਆਦਾ ਇੱਜ਼ਤ ਦਈਏ ਨਾਲੇ ਇੱਕ ਦੂਜੇ ਦੇ ਤੁਸੀਂ ਨਾ ਰਾਖੇ ਬਣੋ ਹੁਣ ਇਹੋ ਜਿਹੀ ਤੋਂ ਮੈਂ ਕੀ ਕਰਾਉਣਾ ਮਸਲੇ ਤੋਂ ਵੀ ਪਿਤਾ ਜੀ ਆਪਦੇ ਪੁੱਤ ਨੂੰ ਨਾ ਬਚਾ ਸਕੇ ਤੇ ਪੁੱਤ ਆਪਣੇ ਬਾਪੂ ਨੂੰ ਨਾ ਬਚਾ ਸਕੇ ਤੇ ਦੋਨੋਂ ਜਾਣੇ ਵੱਖਰੇ ਵੱਖਰੇ ਕਰੀ ਜਾਣ ਹਾਈ ਮਰ ਗਏ ਹੁਣ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਚਾਹੁੰਦੀ ਹਾਂ ਵੀ ਜਿਹੜੀ ਗੱਲ ਆਪਾਂ ਕੱਲ੍ਹ ਕੀਤੀ ਸੀ ਉਹ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨਹੀਂ ਜਿਹੜੀ ਕਣਕ ਦੀ ਵਾਢੀ ਨੂੰ ਲੈ ਕੇ ਆਪਾਂ ਗੱਲ ਕੀਤੀ ਸੀ ਕਣਕ ਵੱਢੀ ਆਪਾਂ ਇਹ ਵੀ ਗੱਲ ਕੀਤੀ ਸੀ ਉਹ ਸੁਣ ਤਾਂ ਲਿਆ ਕਰੋ ਜਿਹੜੀ ਆਪਾਂ ਕਣਕ ਦੀ ਵਾਢੀ ਕਰਨ ਜਾਣੀ ਹੈ ਆਪਾਂ ਵੀ ਕਰ ਲਾਂਗੇ ਜੇ ਸਾਡੇ ਕੋਲੇ ਹੁਣ ਭਾਈ ਖੇਤ ਜ਼ਮੀਨ ਦੂਰ ਹੈਗੀ ਆ ਤੇ ਮੈਂ ਕਿਵੇਂ ਕਰਾਂ ਦੇਖੋ ਅਸਲ ਦੇ ਵਿੱਚ ਗੱਲ ਇਹ ਹੈ ਕਿ ਅਸੀਂ ਇਹ ਵਿਉਂਤ ਕੜੀ ਆ ਇੱਥੇ ਬੈਠ ਕੇ ਕਿ ਕਿਉਂਕਿ ਹੁਣ ਵਾਢੀ ਦਾ ਮੌਸਮ ਹੈ ਹਨਾ ਤੇ ਅਸੀਂ ਦੋਵਾਂ ਜਣਿਆਂ ਨੇ ਤੇ ਪ੍ਰਾਈਮ ਏਸ਼ੀਆ ਟੀਵੀ ਦੇ ਪੂਰੇ ਅਦਾਰੇ ਨੇ ਸੋਚਿਆ ਵੀ ਕਿਉਂ ਨਾ ਅਸੀਂ ਵੀ ਜਲੰਧਰ ਦੇ ਵਿੱਚ ਜਾਂ ਜਲੰਧਰ ਦੇ ਲਾਗੇ ਦੇ ਜਿਹੜੇ ਕੋਈ ਏਰੀਏ ਨੇ ਉੱਥੇ ਜੇਕਰ ਸਾਨੂੰ ਕੋਈ ਸੱਦਾ ਭੇਜਦਾ ਹੈ ਕਿ ਤੁਸੀਂ ਆਓ ਤਾਂ ਅਸੀਂ ਉੱਥੇ ਜਾ ਕੇ ਤੇ ਮਰਲਾ ਕਣਕ ਅਸੀਂ ਵੀ ਵੱਢ ਆਵਾਂਗੇ ਨਹੀਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਮੈਂ ਸਮਝਾਉਣਾ ਪੂਰੀ ਗੱਲ ਜੀ ਵੀ ਸਾਡੀ ਦਿਲੀ ਇੱਛਾ ਕਿ ਅਸੀਂ ਕਣਕ ਦੀ ਵਾਢੀ ਦੇ ਉੱਤੇ ਇੱਕ ਪ੍ਰੋਗਰਾਮ ਕਰੀਏ ਚੱਜ ਦਾ ਵਿਚਾਰ ਜੀ ਅਸੀਂ ਸਾਰੇ ਜਾਣੇ ਤੁਸੀਂ ਹੋਵੋ ਮੈਂ ਹੋਵਾਂ ਸਾਡੇ ਕੈਮਰਾਮੈਨ ਸਾਥੀ ਹੋਣ ਬਾਕੀ ਜਿਹੜੇ ਮਿੱਤਰ ਬੇਲੀ ਹੋਣ ਉਹ ਜਾਗੇ ਉੱਥੇ ਪ੍ਰਾਈਮ ਏਸ਼ੀਆ ਦੇ ਵੱਲੋਂ ਅਸੀਂ ਆਪ ਕਣਕ ਵੱਢੀਏ ਅਸੀਂ ਉੱਥੇ ਜਿਹੜੇ ਵਾਢੀ ਕਰਦੇ ਮਜ਼ਦੂਰ ਜਾਂ ਜਿਹੜੇ ਵੀ ਕੰਮ ਆ ਉਹਨਾਂ ਨੂੰ ਪੁੱਛੀਏ ਵੀ ਕਦੋਂ ਤੋਂ ਤੁਸੀਂ ਇਹ ਕੰਮ ਕਰਦੇ ਆ ਕੰਬਾਈਨਾਂ ਨੇ ਤੁਹਾਡੇ ਕੰਮ ਨੂੰ ਕਿੰਨਾ ਕੁ ਖਾਧਾ ਖੇਤੀਬਾੜੀ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਇਸ ਮਸ਼ੀਨੀਕਰਨ ਨੇ ਇਹਦੇ ਬਾਬਤ ਅਸੀਂ ਕਿਸਾਨ ਨੂੰ ਪੁੱਛੀਏ ਆਪ ਵੀ ਕਣਕ ਵੱਢੀਏ ਭਰੀਆਂ ਕਿਵੇਂ ਬਣਦੀਆਂ ਕਿਵੇਂ ਕਣਕ ਢੋਂਦੇ ਆ ਕੀ ਕੁਝ ਹੁੰਦਾ ਇਹ ਸਾਰਾ ਕੁਝ ਦੇਖੀਏ ਵਾਕਈ ਤੇ ਉੱਥੇ ਹੀ ਇੱਟਾਂ ਦਾ ਚੁੱਲ੍ਹਾ ਬਣਾ ਕੇ ਤੇ ਚਾਹ ਬਣਾ ਕੇ ਵੀ ਪੀ ਬਿਲਕੁਲ ਤਿੰਨ ਚਾਰ ਪ੍ਰੋਗਰਾਮ ਨਾ ਮੇਰੇ ਦਿਲ ਦੇ ਵਿੱਚ ਆ ਅਰਮਾਨ ਆ ਮੇਰੇ ਵੀ ਉਹ ਕਰ ਗਏ ਇੱਕ ਝੋਨਾ ਲਾਉਂਦੇ ਹੋਏ ਮਜ਼ਦੂਰਾਂ ਦੇ ਨਾਲ
ਜਿਹੜੇ ਉਹ ਬਾਹਰ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਸੱਥਾਂ ਦੇ ਵਿੱਚ ਬੈਠ ਕੇ ਕਰਨੇ ਚਾਹੀਦੇ ਆ। ਪਰ ਬੇਨਤੀ ਇਹ ਹੈ ਵੀ ਜਲੰਧਰ ਤੇ ਆਲੇ ਦੁਆਲੇ ਦੇ ਖੇਤਰ ਦੇ ਸੱਜਣ ਜਿਹੜੇ ਸਿਰਫ ਉਹੀ ਸੰਪਰਕ ਕਰਨ, ਕਿਉਂਕਿ 100 ਕਿਲੋਮੀਟਰ ਦੂਰ ਜਾ ਕੇ ਤੇ ਬਾਕੀ ਕੰਮ ਫਿਰ ਪ੍ਰਭਾਵਿਤ ਹੁੰਦੇ, ਇੱਦਾਂ ਸੰਭਵ ਨਹੀਂ ਹੈਗਾ। ਤੇ ਨਾਲ ਥੱਲੇ ਨਾ ਆਪਣਾ ਨਾਂ ਤੇ ਪਤਾ ਜਿਹੜੇ ਕਮੈਂਟ ਹੁੰਦੇ ਆ, ਜਿਹੜੀ ਪ੍ਰਤੀਕਿਰਿਆ ਹੁੰਦੀ ਆ, ਉਹਦੇ ਵਿੱਚ ਦੇ ਦਿਓ ਆਪਣਾ ਸ਼ਹਿਰ, ਨਾਂ ਤੇ ਪਤਾ ਤੇ ਫੋਨ ਨੰਬਰ, ਤਾਂ ਜੋ ਅਸੀਂ ਕਿਸੇ ਨੇੜਲੇ ਦੇ ਨਾਲ ਜਿਹੜਾ ਬਹੁਤ ਨੇੜੇ ਹੋਵੇ ਸੰਪਰਕ ਕਰ ਲਈਏ। ਜੀ, ਅਸੀਂ ਇਹ ਚਾਹੁੰਦੇ ਹਾਂ ਕਿ ਯੂਟਿਊਬ ਦੇ ਥੱਲੇ ਜਾਂ ਫੇਸਬੁੱਕ ਤੇ ਜਦੋਂ ਤੁਸੀਂ ਸਾਡਾ ਪ੍ਰੋਗਰਾਮ ਵੇਖੋ ਤੇ ਉੱਥੇ ਜਾ ਕੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰੋ, ਤੇ ਆਪਣਾ ਨਾਮ, ਆਪਣਾ ਪਤਾ, ਆਪਣਾ ਜਿਹੜਾ ਫੋਨ ਨੰਬਰ ਹੈ ਉਹ ਸਾਡੇ ਨਾਲ ਸਾਂਝਾ ਕਰੋ, ਤਾਂ ਜੋ ਜਿਹੜਾ ਵੀ ਨੇੜਲਾ ਸਾਥੀ ਹੋਏਗਾ, ਸਭ ਤੋਂ ਨੇੜੇ ਹੋਏਗਾ ਸਾਡੇ ਦਫ਼ਤਰ ਦੇ, ਅਸੀਂ ਉਹਨਾਂ ਦੇ ਕੋਲ ਆਪ ਪਹੁੰਚੀਏ ਤੇ ਉੱਥੇ ਜਾ ਕੇ ਫਿਰ ਕਣਕ ਵੱਢੀਏ। ਮੈਂ ਨਾ ਕੱਲ ਆਪਣੇ ਇੱਕ ਸਾਥੀ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਤੁਹਾਡੇ ਪਿੰਡ ਦੇ ਵਿੱਚ ਹੱਥੀਂ ਕਣਕ ਵੱਢਣ ਵਾਲੇ ਲੋਕ ਕਿੰਨੇ ਕਾ? ਕਹਿੰਦਾ ਬਾਈ ਜੀ ਮਸਾਂ 2-4 ਘਰ ਹੋਣਗੇ ਜਿਨ੍ਹਾਂ ਦੇ ਕੋਲੇ ਥੋੜੀ ਜ਼ਮੀਨ ਆ, ਬਾਕੀ ਸਾਰੇ ਕੰਬਾਈਨ ਵਾਲੇ ਹੀ ਆ। ਮੈਂ ਕਿਹਾ ਜਿਹੜੇ 2-4 ਸਾਥੀ ਆ ਉਹਨਾਂ ਦੀ ਕਣਕ ਪੱਕ ਗਈ ਕਿ ਹਲੇ ਹਰੀ ਖੜੀ ਆ? ਕਹਿੰਦਾ ਇੱਕ ਦੀ ਪੱਕ ਗਈ ਆ, ਇੱਕ ਦੋਵਾਂ ਦੀ ਹਲੇ ਹਰੀ ਖੜੀ ਆ। ਮੈਂ ਕਿਹਾ ਜਿਨ੍ਹਾਂ ਦੀ ਪੱਕ ਗਈ ਆ ਉਹਨਾਂ ਦੇ ਕੋਲੇ ਜਾ ਕੇ ਪੁੱਛੀ ਵੀ ਅਸੀਂ ਕਿਸੇ ਦਿਨ ਆਉਣਾ ਤੇ ਅਸੀਂ ਉੱਥੇ ਕਣਕ ਵੱਢ ਲਈਏ। ਕਹਿੰਦਾ ਪੁੱਛਣ ਦੀ ਕੀ ਲੋੜ ਆ, 5:30 ਵਜੇ ਤੜਕੇ ਆ ਜਾਓ। ਉਹ ਕਹਿੰਦਾ 6:30 ਵਜੇ ਉੱਠਦੇ ਆ, 2-3 ਮਰਲੇ ਉੱਦਾਂ ਹੀ ਵੱਢ ਦਿਆਂਗੇ। ਕਹਿੰਦਾ ਟੀਵੀ ਦੇਖ ਕੇ ਪਤਾ ਲੱਗੇ ਵੀ ਸਾਡੀ ਕਣਕ ਕੌਣ ਵੱਢ ਗਿਆ। ਨਹੀਂ ਭਾਈ, ਇਹੋ ਜਿਹਾ ਕੰਮ ਅਸੀਂ ਕੋਈ ਨਹੀਂ ਕਰਨਾ। ਅਸੀਂ ਇੱਜ਼ਤ ਨਾਲ ਜਾਣਾ ਚਾਹੁੰਦੇ ਤੇ ਇੱਜ਼ਤ ਨਾਲ ਹੀ ਆਉਣਾ ਚਾਹੁੰਦੇ ਹਾਂ। ਹੋਵੇ ਕਿ ਮੁੜ ਕੇ ਸਤਿਕਾਰ ਨਾਲ ਹੀ ਮੁੜੇ ਆਈਏ ਕਿਤੇ। ਸੋ ਬਾਕੀ ਫਿਲਹਾਲ ਪ੍ਰੋਗਰਾਮ ਸਮੇਟਦੇ ਹਾਂ, ਸਾਨੂੰ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ। ਤੇ ਫਿਲਹਾਲ ਦੇ ਲਈ ਸਾਨੂੰ ਦੋਵਾਂ ਦਿਓ ਆ ਗਿਆ, ਅਸੀਂ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮਿਲਾਂਗੇ। ਸੋ ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ ਹਾਜ਼ਰ ਹੈ ਜੱਜ ਦਾ ਵਿਚਾਰ।